ਸੋ ਦੋਸਤੋ ਜਤਿੰਦਰ ਪੰਨੂ ਸਾਹਿਬ ਆਪਣੇ ਨਾਲ ਜੁੜ ਚੁੱਕੇ ਆ, ਗੱਲਬਾਤ ਉਹਨਾਂ ਦੇ ਨਾਲ ਕਰਨ ਜਾ ਰਹੇ ਆ, ਤੇ ਉਸ ਤੋਂ ਪਹਿਲਾਂ ਧੰਨਵਾਦ ਕਰ ਦਈਏ ਉਹਨਾਂ ਸੱਜਣਾਂ ਦਾ ਜਿਹੜੇ ਸਾਨੂੰ ਸਾਥ ਸਹਿਯੋਗ ਦਿੰਦੇ ਆ, ਜਿਹਦੇ ਕਰਕੇ ਫਿਰ ਸਾਡਾ ਹੋਰ ਹੌਸਲਾ ਬੁਲੰਦ ਹੋ ਜਾਂਦਾ ਕਿ ਅਸੀਂ ਤੁਹਾਡੇ ਨਾਲ ਸਾਂਝਾ ਪਾਉਂਦੇ ਹੋਏ ਗੱਲ ਨੂੰ ਅੱਗੇ ਦੀ ਅੱਗੇ ਤੋਰਦੇ ਜਾਈਏ। ਸੋ ਇਹਨਾਂ ਦੇ ਵਿੱਚੋਂ ਕੁਲਦੀਪ ਸਿੰਘ ਬਾਠੰਡਿਆਨਾ ਇੰਡੀਅਨ ਐਪਲਸ, ਜਸਵਿੰਦਰ ਸਿੰਘ ਮਿਸੀਸਿਪੀ, ਜਸਵੰਤ ਸਿੰਘ ਸਹੋਤਾ ਕੈਨੇਡਾ ਤੇ ਪਿੰਡ ਸਿੰਧਵਾਦੋਨਾ ਜ਼ਿਲ੍ਹਾ ਕਪੂਰਥਲਾ ਦੇ ਨਿਵਾਸੀ ਸਾਨੂੰ ਸਾਥ ਸਹਿਯੋਗ ਦਿੰਦੇ ਆ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸੁਖਨੈਬ ਜੀ, ਸਤਿ ਸ੍ਰੀ ਅਕਾਲ। ਪੰਨੂ ਸਾਹਿਬ ਗੱਲ ਕਰ ਲਈਏ ਬਸੰਤ ਦੀ ਜੀ। ਬਸੰਤ ਮਨਾਈ ਜਾਂਦੀ ਹੈ, ਪੇਚੇ ਪੈਂਦੇ ਆ ਪਤੰਗਾਂ ਦੇ ਜਾਂ ਕਈ ਹੋਰ ਤੌਰ ਤਰੀਕਿਆਂ ਨਾਲ ਮਨਾਈ ਜਾਂਦੀ ਹੈ। ਥੋੜਾ ਜਿਹਾ ਦੋ ਚਾਰ ਮਿੰਟ ਜੇ ਅਸੀਂ ਇਹਦੇ ਉੱਤੇ ਥੋੜੀ ਜਾਣਕਾਰੀ ਦੇ ਦਈਏ ਕਿ ਅਸਲ ਦੇ ਵਿੱਚ, ਬੇਸ਼ੱਕ ਅਸੀਂ ਪੜਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਹਦੀ ਸ਼ੁਰੂਆਤ ਇੱਕ ਮੇਲੇ ਦੇ ਰੂਪ ਦੇ ਵਿੱਚ ਕੀਤੀ ਸੀ ਲਾਹੌਰ ਦੇ ਵਿੱਚ, ਇੱਕ ਵੀਰ ਹਕੀਕਤ ਰਾਏ ਨਾਲ ਵੀ ਗੱਲ ਜੁੜ ਜਾਂਦੀ ਹੈ, ਇਹਦਾ ਕੋਈ ਇਤਿਹਾਸਿਕ ਤੱਥ ਹੈ ਜੀ? ਨਹੀਂ, ਇਹਦੇ ਕੋਈ ਇਤਿਹਾਸਿਕ ਤੱਥ ਵੀ ਨਹੀਂ ਮਿਲਦੇ। ਕਈ ਚੀਜ਼ਾਂ ਇਹੋ ਜਿਹੀਆਂ ਨੇ ਜੀ ਜਿਨ੍ਹਾਂ ਦੇ ਇਤਿਹਾਸਿਕ ਤੱਥ ਲੱਭਣੇ ਬਹੁਤ ਔਖੇ ਆ ਜੀ। ਉਹਨਾਂ ਮਾਮਲਿਆਂ ਚ ਜਦੋਂ ਅਸੀਂ ਫੋੜਾ ਫਾੜੀ ਕਰਦੇ ਹਾਂ ਜੀ ਤੇ ਹਮੇਸ਼ਾ ਕਨਫਿਊਜ਼ ਹੋ ਜਾਂਦੇ ਆ। ਹੁਣ ਮਿਸਾਲ ਦੇ ਤੌਰ ਤੇ ਇੱਕ ਦਿਨ ਇਹ ਬਹਿਸ ਚੱਲ ਪਈ ਕਿ ਜੁਗਨੀ ਲਫ਼ਜ਼ ਕਿੱਥੋਂ ਆਇਆ। ਸਹੀ, ਇਹਦੇ ਉੱਤੇ ਬੜੀ ਲੰਮੀ ਬਹਿਸ ਚੱਲੀ। ਕੁਝ ਲੋਕਾਂ ਦਾ ਖਿਆਲ ਇਹ ਹੈ ਕਿ ਯੁੱਗ ਬਦਲਦੇ ਨਾਲ ਜੁਗਨੀ ਬਣ ਗਈ। ਸਹੀ, ਕੁਝ ਕਹਿੰਦੇ ਨੇ ਕਿ ਅੰਗਰੇਜ਼ਾਂ ਦਾ ਉਦੋਂ ਸਿਲਵਰ ਜੁਬਲੀ ਹੈਗਾ ਸੀਗਾ ਵਰਾ, ਤੇ ਉਹਨਾਂ ਨੇ ਇੱਕ ਦਿਨ ਜੁਬਲੀ ਕੀਤੀ ਅੰਮ੍ਰਿਤਸਰ, ਇੱਕ ਦਿਨ ਪਟਿਆਲੇ, ਇੱਕ ਦਿਨ ਲੁਧਿਆਣੇ। ਜੁਬਲੀ ਤੇ ਲੋਕਾਂ ਨੂੰ ਪਤਾ ਨੀ, ਉਹਨਾਂ ਜੁਗਨੀ ਬਣਾ ਲਈ, ਉਹ ਆਪਣੇ ਜੁਗਨੀ ਜਾ ਵੜੀ ਲੁਧਿਆਣੇ, ਜੁਗਨੀ ਜਾ ਵੜੀ ਪਟਿਆਲੇ, ਏਦਾਂ। ਅੱਛਾ, ਏਦਾਂ ਦੀਆਂ ਕਈ ਚੀਜ਼ਾਂ ਨੇ ਜਿਨ੍ਹਾਂ ਦਾ ਪਤਾ ਨੀ ਲੱਗਦਾ ਕਦੋਂ ਤੁਰੀਆਂ ਕਦੋਂ ਨਹੀਂ। ਇੱਕ ਰਵਾਇਤ ਦੇ ਨਾਲ ਜੁੜਿਆ ਅਖਾਣ ਜ਼ਰੂਰ ਆ ਕਿ ਆਈ ਬਸੰਤ ਪਾਲਾ ਉਡੰਤ। ਬਸੰਤ ਬਾਰੇ ਗੁਰੂ ਸਾਹਿਬ ਨੇ ਵੀ ਬਹੁਤ ਕੁਛ ਕਿਹਾ, ਜੇ ਇਹ ਬਸੰਤ ਮਹਾਰਾਜਾ ਰਣਜੀਤ ਸਿੰਘ ਤੋਂ ਸ਼ੁਰੂ ਹੋਈ ਹੁੰਦੀ ਜੀ, ਤੇ ਫੇਰ ਰਾਗ ਬਸੰਤ ਜਿਹੜਾ ਜੀ ਗੁਰਬਾਣੀ ਚ ਉਹ ਨੀ ਸੀ ਆਉਣਾ। ਰਾਗ ਬਸੰਤ ਤੇ ਮਹਾਰਾਜਾ ਰਣਜੀਤ ਸਿੰਘ ਤੋਂ ਬਹੁਤ ਪਹਿਲਾਂ ਦਾ, ਜਿਹਦੇ ਵਿਚ ਆਉਂਦਾ ਨਾ ਭੀਜੇ ਰਾਗੀ ਨਾ ਦਿਵੇ, ਨਾ ਭੀਜੇ ਭੇੜ ਮਰੇ ਪਿੜਸੂਰ, ਨਾ ਭੀਜੇ ਕੀਤੇ ਆਵੇ ਧੂੜ, ਨਾ ਭੇਜੇ ਦਾਤੀ ਕੀਤੇ ਪੁੱਲ, ਨਾ ਭੀਜੇ ਬਾਹਰ ਬੈਠਿਆ ਸੁਣ। ਉਹ ਜਿਹੜਾ ਆਉਂਦਾ ਬਸੰਤ ਦੀ ਵਾਰ ਆਉਂਦੀ ਹੈ, ਜਾਂ ਉਹ ਬਸੰਤ ਦੀ ਵਾਰ ਜਾਂ ਸਰਗ ਦੀ ਵਾਰ ਹੈ, ਪਰ ਬਸੰਤ ਰਾਗ ਹੈਗਾ। ਅੱਛਾ, ਉਹ ਵੀ ਹੈ। ਏਦਾਂ ਹੋਰ ਵੀ ਕੁਛ ਚੀਜ਼ਾਂ ਨੇ, ਮੈਂ ਇਹਦੇ ਬਾਰੇ ਮਤਲਬ ਸਪਸ਼ਟ ਨਹੀਂ ਹੈ ਕਿ ਬਸੰਤ ਦੀ ਵਾਰ ਚ ਸ਼ਬਦ ਕਿ ਸਰਗ ਦੀ ਵਾਰ ਚ, ਸ਼ਾਇਦ ਮੈਂ ਗਲਤ ਵੀ ਹੋ ਸਕਦਾ, ਪਰ ਇਹਨਾਂ ਗੁਰਬਾਣੀ ਦੇ ਵਿੱਚ ਹੈ। ਬਸੰਤ ਗੁਰਬਾਣੀ ਚ ਵੀ ਇਹਦਾ ਜ਼ਿਕਰ ਆਉਂਦਾ, ਉਸ ਤੋਂ ਪਹਿਲੀਆਂ ਕਈਆਂ ਚੀਜ਼ਾਂ ਚ ਵੀ ਜ਼ਿਕਰ ਆਉਂਦਾ ਜੀ। ਤੇ ਫੇਰ ਆਪਾਂ ਨੂੰ ਪਤਾ ਪੰਜਾਬ ਦੇ ਵਿਚ ਇੱਕ ਕਿੱਸਾ ਚੱਲਦਾ ਹੁੰਦਾ ਸੀ ਰੂਪ ਬਸੰਤ ਦਾ ਜੀ। ਉਸ ਰੂਪ ਬਸੰਤ ਦਾ ਜਿਹੜਾ ਬਸੰਤ ਹੈ, ਉਹ ਵੀ ਮਹਾਰਾਜਾ ਰਣਜੀਤ ਸਿੰਘ ਤੋਂ ਬਹੁਤ ਪਹਿਲਾਂ ਦਾ। ਏਦਾਂ ਦੀਆਂ ਕੁਝ ਚੀਜ਼ਾਂ, ਇਹ ਠੀਕ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਹਨੂੰ ਮੇਲੇ ਦੇ ਤੌਰ ਤੇ ਮਨਾਉਣਾ ਸ਼ੁਰੂ ਕਰਤਾ ਜੀ। ਹੋਲੀ ਪਹਿਲਾਂ ਸੀ, ਗੁਰੂ ਸਾਹਿਬ ਨੇ ਆਖਿਆ ਹੋਲੀ ਦੇ ਵਿਚ ਲੋਕੀ ਗੰਦ ਪਾਉਂਦੇ, ਇੱਕ ਦੂਜੇ ਦੇ ਕੱਪੜੇ ਲਬੇੜਦੇ ਆ, ਕਈ ਵਾਰੀ ਰੰਗ ਮੁੱਕ ਜਾਵੇ ਤੇ ਲੋਕੀ ਗੋਹਾ ਘੋਲ ਕੇ ਵੀ ਪਾਉਣ ਲੱਗ ਪੈਂਦੇ, ਪੱਕੇ ਕੰਮ ਕਰਦੇ ਆ। ਉਹਨਾਂ ਆਖਿਆ ਔਰਨ ਕੀ ਹੋਲੀ ਮਮ ਖਾਲਸੇ ਕਾ ਹੋਲਾ ਹੈ, ਉਹਨਾਂ ਨੇ ਆਖਿਆ ਵੀ ਜੇ ਬਾਕੀ ਹੋਲੀ ਬਣਾਉਂਦੇ ਅਸੀਂ ਤਾਂ ਹੋਲਾ ਮਨਾਵਾਂਗੇ, ਤੇ ਹੋਲੇ ਨੂੰ ਮਾਰਸ਼ਲ ਆਈਟਮਾਂ ਨਾਲ ਜੋੜ ਦਿੱਤਾ ਤੇ ਇੱਕ ਨਵੀਂ ਦਿੱਖ ਦੇ ਦਿੱਤੀ ਜਿਹੜੀ ਮਨ ਨੂੰ ਖਿੱਚ ਪਾਉਂਦੀ ਸੀ। ਪਰ ਜਿਹੜੇ ਹੋਲੀ ਮਨਾਉਣ ਵਾਲੇ, ਉਹ ਤੇ ਆਪਣੀ ਹੋਲੀ ਅਜੇ ਵੀ ਮਨਾਈ ਜਾਂਦੇ ਆ। ਲੋਹੜੀ ਦੇ ਬਾਰੇ ਚ ਬਹੁਤ ਸਾਰੀਆਂ ਕਹਾਵਤਾਂ ਨੇ, ਪਰ ਉਹਨਾਂ ਚ ਕੋਈ ਵੀ ਕਿਸੇ ਦਾ ਕੋਈ ਸਬੂਤ ਨੀ ਮਿਲਦਾ। ਇਹ ਹੋਲੀ ਬਾਰੇ ਵੀ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹਨਾਂ ਦਾ ਕੋਈ ਸਬੂਤ ਨੀ ਮਿਲਦਾ। ਤਾਂ ਇੰਨੀ ਚੰਗੀ ਗੱਲ ਹੈ ਕਿ ਲੋਕ ਮਨਾਉਂਦੇ ਆ, ਚਲੋ ਥਾਂ ਥਾਂ ਤੇ ਤਣਾਅ ਆ ਘਰਾਂ ਦੇ ਵਿਚ, ਸੌ ਕਿਸਮ ਦਾ ਇਸੇ ਬਹਾਨੇ ਮਾੜਾ ਮੋਟਾ ਜਿਹੜਾ ਹੱਸਣ ਖੇਡਣ ਆ ਉਹ ਹੋ ਜਾਂਦਾ। ਪਾਕਿਸਤਾਨ ਦੇ ਵਿਚ ਉਹਨਾਂ ਨੇ ਪਤੰਗਬਾਜ਼ੀ ਦੇ ਉੱਤੇ ਬਸੰਤ ਦੇ ਉੱਤੇ ਵੈਸੇ ਹੀ ਪਾਬੰਦੀ ਲਾ ਦਿੱਤੀ ਸੀ, ਤੇ ਪਾਬੰਦੀ ਦਾ ਮਤਲਬ ਇਹ ਨੀ ਸੀ ਕਿ ਹਿੰਦੂ ਤਿਉਹਾਰ ਆ। ਉਹ ਕਹਿੰਦੇ ਸੀ ਪਤੰਗਾਂ ਉਡਾਉਂਦੇ ਛੱਤਾਂ ਤੋਂ ਭੱਜਦੇ ਬੱਚੇ, ਹਰ ਸਾਲ ਦੋ ਚਾਰ ਪੰਜ ਮਰ ਜਾਂਦੇ ਆ, ਤੇ ਦਸਵੀਆਂ ਹੋਰਨਾਂ ਦੀਆਂ ਲੱਤਾਂ ਬਾਹਾਂ ਟੁੱਟਦੀਆਂ ਨੇ, ਇਸ ਕਰਕੇ ਉਹਨਾਂ ਨੇ ਪਾਬੰਦੀ ਲਾ ਦਿੱਤੀ ਸੀ। ਸਾਡੇ ਵੀ ਇੱਥੇ ਮੰਗ ਉੱਠਦੀ ਹੈ, ਖਾਸ ਤੌਰ ਤੇ ਜਿਹੜੀ ਚੀਨੀ ਡੋਰ ਆ ਗਈ ਆ, ਇਹਨੇ ਪਤਾ ਨੀ ਕਿੰਨਿਆਂ ਦੀਆਂ ਜਾਨਾਂ ਲੈ ਲਈਆਂ ਨੇ। ਜਿਹੜਾ ਕੋਈ ਸਕੂਟਰ ਮੋਟਰਸਾਈਕਲ ਤੇ ਜਾਂਦਾ ਹੁੰਦਾ, ਜੇ ਉਹਦੀ ਗਰਦਨ ਚ ਵੜੀ ਜਾਵੇ, ਅੰਮ੍ਰਿਤਸਰ ਦੇ ਵਿੱਚ ਇੱਕ ਜਣੇ ਦੀ ਗਰਦਨ ਚ ਵੜੀ ਗਈ, ਉਹਦੀ ਗਰਦਨ ਕੱਟੀ ਗਈ, ਉੱਥੇ ਉਹ ਤੜ ਤੜ ਕੇ ਮਰ ਗਿਆ, ਲੋਕਾਂ ਨੇ ਚੁੱਕਿਆ, ਉਹ ਨਾਲ ਗਰਦਨ ਲਮਕਦੀ ਪਈ ਸੀ ਉਹਦੇ ਸਰੀਰ ਦੇ, ਪਰ ਉਹ ਡੋਰ ਫੇਰ ਵੀ ਨਹੀਂ ਟੁੱਟੀ, ਚੀਨੀ ਡੋਰ ਐਡੀ ਸਖ਼ਤ ਸੀ ਜੀ, ਉਹ ਸਕੂਟਰ ਤੇ ਜਾਂਦਾ ਸੀ ਉਹਦੇ ਗਲੇ ਚ ਵੜੀ ਗਈ। ਤੇ ਇਸ ਤਰ੍ਹਾਂ ਦੀਆਂ ਹਰਕਤਾਂ ਹੋ ਰਹੀਆਂ ਨੇ, ਲੋਕੀ ਹੁਣ ਕਹਿੰਦੇ ਜਿਸ ਨਾਲ ਚੰਗਾ ਹੈ ਕਿ ਪਤੰਗਬਾਜ਼ੀ ਬੰਦ ਕਰ ਦਿਓ। ਸੋ ਉਦਾਂ ਬਸੰਤ ਨੂੰ ਬਸੰਤ ਦੇ ਤੌਰ ਤੇ ਇੱਕ ਤਿਉਹਾਰ ਦੇ ਤੌਰ ਤੇ, ਖੁਸ਼ੀ ਦੇ ਤੌਰ ਤੇ ਮਨਾਉਣਾ ਚਾਹੀਦਾ, ਪਰ ਇਹਦੇ ਚ ਜੋ ਕੁਛ ਹੋਣ ਲੱਗ ਪਿਆ ਉਹ ਚੰਗਾ ਨਹੀਂ ਜੀ। ਤੇ ਪੰਨੂ ਸਾਹਿਬ ਇੱਕ ਖਬਰ ਆ ਰਹੀ ਹੈ ਕਿ ਅਮਰੀਕਾ ਦੇ ਵਿੱਚ ਇੱਕ ਵੱਡਾ ਅੜਿੱਕਾ, ਉੱਥੇ ਸ਼ਟਡਾਊਨ ਹੋ ਗਈ ਹੈ ਜੀ,
ਇਹ ਕੀ ਮਾਮਲਾ ਅਸਲ ਦੇ ਵਿਚ, ਤੇ ਕਦੇ ਭਾਰਤ ਦੇ ਵਿਚ ਇਹੋ ਜਿਹਾ ਕੁਛ ਵਾਪਰਿਆ ਜੀ? ਭਾਰਤ ਦੇ ਵਿਚ ਕੇਂਦਰੀ ਪੱਧਰ ਤੇ ਤਾਂ ਨਹੀਂ ਵਾਪਰਿਆ, ਪਰ ਸੂਬਿਆਂ ਚ ਬਗੈਰ ਡਿਕਲੇਅਰ ਕੀਤੇ ਤੋਂ, ਐਲਾਨ ਕੀਤੇ ਤੋਂ ਕਈ ਵਾਰੀ ਹੋਇਆ। ਜਦੋਂ ਖਜ਼ਾਨੇ ਚ ਪੈਸੇ ਘੱਟ ਆਉਂਦੇ ਆ, ਉਦੋਂ ਮੁੜ ਕੇ ਦੋ ਚਾਰ ਦਿਨ ਜ਼ਿਲ੍ਹਿਆਂ ਦੇ ਖਜ਼ਾਨਾ ਦਫ਼ਤਰਾਂ ਨੂੰ ਕਹਿ ਦਿੰਦੇ ਆ ਖਜ਼ਾਨਾ ਬੰਦ ਕਰ ਦਿਓ, ਪੈਸੇ ਨਹੀਂ, ਤੁਸੀਂ ਕਿਸੇ ਦਾ ਕੋਈ ਬਿੱਲ ਨਹੀਂ ਦੇਣਾ। ਤਨਖਾਹਾਂ ਵੀ ਮੁਲਾਜ਼ਮਾਂ ਦੀਆਂ ਹਫ਼ਤਾ ਹਫ਼ਤਾ ਦਸ ਦਸ ਦਿਨ ਰੋਕ ਦਿੰਦੇ ਆ, ਇਹਨੂੰ ਇਨਡਿਕਲੇਅਰਡ ਸ਼ਟਡਾਊਨ ਸਮਝ ਲਓ। ਜਿਹੜਾ ਅਮਰੀਕਾ ਵਿਚ ਆ, ਉੱਥੇ ਜਿੰਨੀ ਕੁ ਮੇਰੀ ਜਾਣਕਾਰੀ ਆ, 1976 ਚ ਇਹ ਫੈਸਲਾ ਕੀਤਾ ਗਿਆ ਸੀ ਕਿ ਜਦੋਂ ਇਹੋ ਜਿਹੀਆਂ ਸਥਿਤੀਆਂ ਹੋਣ ਉਦੋਂ ਜਿਹੜੀ ਕਾਰਵਾਈ ਕੀਤੀ ਜਾ ਸਕਦੀ ਉਹਨੂੰ ਸ਼ਟਡਾਊਨ ਦਾ ਨਾਂ ਦਿੱਤਾ ਜਾਵੇਗਾ। ਉਦੋਂ ਤੋਂ ਲੈ ਕੇ 1976 ਤੋਂ ਜਿਹੜੇ ਹੁਣ ਤੱਕ ਦੇ 41-42 ਸਾਲ ਲੰਘੇ ਨੇ, ਇਹਨਾਂ ਦੇ ਵਿਚ ਮੇਰਾ ਖਿਆਲ 9 ਜਾਂ 10 ਵਾਰੀ ਸ਼ਟਡਾਊਨ ਹੋਇਆ। ਉਹਨਾਂ 9-10 ਵਾਰੀਆਂ ਦੇ ਵਿਚੋਂ ਹਰ ਵਾਰੀ ਉਦੋਂ ਸ਼ਟਡਾਊਨ ਹੁੰਦਾ ਜਦੋਂ ਫਾਈਨੈਂਸ ਬਿੱਲ ਜਿਹੜਾ ਉਹਨਾਂ ਦੀ ਸੈਨੇਟ ਪ੍ਰਵਾਨ ਕਰਨ ਤੋਂ ਨਾ ਕਰ ਦਿੰਦੀ। ਉਹਨਾਂ ਦੀ ਪਾਰਲੀਮੈਂਟ ਦੇ ਦੋ ਹਾਊਸ ਹੈ, ਜਿਹੜਾ ਜਿੱਦਾਂ ਸਾਡੀ ਲੋਕ ਸਭਾ ਹੁੰਦੀ ਉਹਨਾਂ ਦੀ ਕਾਂਗਰਸ ਹੈ ਹਾਊਸ ਆਫ ਰਿਪ੍ਰਜੈਂਟੇਟਿਵ, ਦੂਸਰਾ ਉਹਨਾਂ ਦਾ ਉੱਪਰਲਾ ਹਾਊਸ ਹੈ ਸੈਨੇਟ। ਸੈਨੇਟ ਦੇ ਵਿਚ ਖਜ਼ਾਨੇ ਦਾ ਬਿੱਲ ਪਾਸ ਕਰਾਉਣ ਵਾਸਤੇ, ਜਿਹੜਾ ਫਾਈਨੈਂਸ਼ੀਅਲ ਬਿੱਲ ਹੈ ਉਹ ਪਾਸ ਕਰਾਉਣ ਵਾਸਤੇ 2/3 ਮੈਜੋਰਟੀ ਚਾਹੀਦੀ ਹੈ। 100 ਮੈਂਬਰਾਂ ਦੀ ਸੈਨੇਟ ਹੈ, 60 ਚਾਹੀਦੇ ਆ। ਉੱਥੇ ਇਹਨਾਂ ਦੇ ਕੋਲ ਰਹਿ ਗਏ 52, ਕਿਉਂਕਿ 48 ਇਹਨਾਂ ਦੇ ਖਿਲਾਫ਼ ਭੁਗਤ ਗਏ। 2/3 ਮੈਜੋਰਟੀ ਨਹੀਂ ਬਣ ਸਕੀ, ਬਿੱਲ ਪਾਸ ਨਹੀਂ ਹੋਇਆ। ਜਦੋਂ ਬਿੱਲ ਪਾਸ ਨਹੀਂ ਹੋਇਆ ਤੇ ਸਰਕਾਰੀ ਪੇਮੈਂਟਾਂ ਸਾਰੀਆਂ ਰੁਕ ਗਈਆਂ। ਹੁਣ ਇਹਦੇ ਚ ਨੋਟ ਕਰਨ ਵਾਲੀਆਂ ਕੁਛ ਗੱਲਾਂ ਨੇ। ਪਹਿਲੀ ਤਾਂ ਇਹ ਕਿ ਹੁਣ ਤੱਕ ਦਾ ਸਭ ਤੋਂ ਲੰਮਾ ਜਿਹੜਾ ਕੱਟ ਸੀ ਸ਼ਟਡਾਊਨ ਜਿਹਨੂੰ ਕਹਿੰਦੇ ਆ, ਉਹ ਉੱਥੇ 2 ਜਾਰਜ ਬੁਸ਼ ਹੋਏ ਰਾਸ਼ਟਰਪਤੀ। ਇੱਕ ਪਹਿਲਾਂ ਹੋਇਆ 1988 ਚ ਬਣਿਆ ਸੀ, ਦੂਸਰਾ ਉਹਦੇ ਤੋਂ ਫਿਰ ਬਾਅਦ ਬਿੱਲ ਕਲਿੰਟਨ, ਤੇ ਬਿੱਲ ਕਲਿੰਟਨ ਤੋਂ ਬਾਅਦ ਬਣਿਆ ਸੀ 2000 ਦੇ ਵਿਚ, ਜਿਹੜਾ ਜਾਰਜ ਬੁਸ਼ ਸੀਗਾ ਉਹਦਾ ਦੌਰ ਆਇਆ ਸੀ। ਜਿਹੜਾ ਪਹਿਲਾ ਜਾਰਜ ਬੁਸ਼ ਸੀ ਉਹਦੇ ਵਕਤ ਸਭ ਤੋਂ ਲੰਮਾ ਦੌਰ ਰਿਹਾ ਸ਼ਟਡਾਊਨ ਦਾ, ਸ਼ਾਇਦ 21 ਦਿਨ ਸੀ ਜਾਂ 20 ਦਿਨ ਸੀ। ਦੂਸਰਾ ਲੰਮਾ ਦੌਰ ਬਰਾਕ ਓਬਾਮਾ ਦੇ ਵਕਤ ਆਇਆ, ਉੱਥੇ 15-16 ਦਿਨ ਲੱਗਦੇ ਸਨ। ਇਹਦੇ ਤੋਂ ਇਲਾਵਾ ਬਾਕੀ ਦਿਨਾਂ ਦੇ ਵਿਚ ਵੀ ਕਦੇ 2 ਦਿਨ, ਕਦੇ 10 ਦਿਨ, ਕਦੇ 5 ਦਿਨ, ਵੱਧ ਘੱਟ ਹੁੰਦੇ ਰਹੇ। ਅਗਲੀ ਗੱਲ ਇਹ ਹੈ ਕਿ ਆਮ ਤੌਰ ਦੇ ਉੱਤੇ ਰਾਸ਼ਟਰਪਤੀ ਨੂੰ ਤੰਗ ਕਰਦੀ ਹੈ ਆਪੋਜੀਸ਼ਨ ਪਾਰਟੀ। ਜਿੰਨੀ ਕੁ ਵਾਰੀ ਹੁਣ ਤੱਕ ਸ਼ਟਡਾਊਨ ਹੋਏ ਉਦੋਂ ਹਰ ਵਾਰੀ ਇਹ ਹੁੰਦਾ ਸੀ ਕਿ ਰਾਸ਼ਟਰਪਤੀ ਜੇ ਰਿਪਬਲਿਕਨ ਹੈ ਤੇ ਸੈਨੇਟ ਦੇ ਵਿਚ ਬਹੁਤ ਸੰਮਤੀ ਹੁੰਦੀ ਸੀ ਡੈਮੋਕਰੇਟ ਦੀ। ਜੇ ਰਾਸ਼ਟਰਪਤੀ ਬਰਾਕ ਓਬਾਮਾ ਡੈਮੋਕਰੇਟ ਹੈ ਤੇ ਸੈਨੇਟ ਦੇ ਵਿਚ ਬਹੁਤ ਸੰਮਤੀ ਸੀ ਉਹਨਾਂ ਦੀ ਰਿਪਬਲਿਕਨਾਂ ਦੀ, ਤੇ ਉਹਨਾਂ ਨੇ ਬਿੱਲ ਰੋਕ ਲਿਆ ਸੀ। ਇਹ ਦੋਵੇਂ ਆਪੋ ਆਪਣੇ ਢੰਗ ਨਾਲ ਚੱਲਦੇ ਸਨ। ਆਹ ਪਹਿਲੀ ਵਾਰ ਹੈ ਕਿ ਰਾਸ਼ਟਰਪਤੀ ਵੀ ਰਿਪਬਲਿਕਨ ਹੈ, ਸੈਨੇਟ ਦੇ ਵਿਚ ਬਹੁਤ ਸੰਮਤੀ ਵੀ ਰਿਪਬਲਿਕਨ ਦੀ ਹੈ, ਇਹਨਾਂ ਦੀ ਆਪਣੀ ਹੈ ਜੀ। ਤੇ ਜਦੋਂ ਇਹਦਾ ਬਿੱਲ ਰੋਕਣ ਲੱਗੇ ਆ ਤੇ ਡੈਮੋਕਰੇਟਾਂ ਦੇ ਨਾਲ ਇਹਦੀ ਆਪਣੀ ਰਿਪਬਲਿਕਨ ਪਾਰਟੀ ਦੇ ਕੁਝ ਮੈਂਬਰ ਵੀ ਜਾ ਜੁੜੇ ਆਪਣੇ ਰਾਸ਼ਟਰਪਤੀ ਨੂੰ ਤੰਗ ਕਰਨ ਵਾਸਤੇ ਜੀ। ਇਹ ਗੱਲ ਅਮਰੀਕਾ ਦੇ ਇਤਿਹਾਸ ਚ ਸ਼ਾਇਦ ਪਹਿਲੀ ਵਾਰ ਹੋਈ ਹੈ। ਉਦੋਂ ਵੀ ਮਾੜੀ ਇਹ ਹੋਈ ਕਿ ਅਮਰੀਕਾ ਦਾ ਰਾਸ਼ਟਰਪਤੀ ਜਦੋਂ ਚੁਣਿਆ ਜਾਂਦਾ ਤੇ ਚੁਣਿਆ ਜਾਂਦੇ ਸਾਰ ਹੀ ਤਾਂ ਉਹ ਸਹੁੰ ਨੀ ਚੁੱਕ ਲੈਂਦਾ ਜੀ, ਉਹ ਸਹੁੰ ਚੁੱਕਦਾ ਹੁੰਦਾ ਜਾ ਕੇ 20 ਜਨਵਰੀ ਨੂੰ। ਪਿਛਲੇ ਸਾਲ 20 ਜਨਵਰੀ ਨੂੰ ਇਹ ਰਾਸ਼ਟਰਪਤੀ ਬਣਿਆ, ਸਹੁੰ ਚੁੱਕੀ ਇਹਨੇ। ਇਸ ਵਾਰੀ 20 ਜਨਵਰੀ ਨੂੰ ਇਹਨੇ ਪਹਿਲੀ ਵਰੇਗੰਢ ਦਾ ਕੇਕ ਕੱਟਣਾ ਸੀ, ਤੇ ਉਸੇ ਪਹਿਲੀ ਜਿਹੜੀ ਵਰੇਗੰਢ ਵਾਲਾ ਦਿਨ ਸੀਗਾ 20 ਜਨਵਰੀ ਦਾ, ਉਦੋਂ ਇਹ ਖਬਰ ਸਾਹਮਣੇ ਆ ਗਈ ਕਿ ਬਿੱਲ ਜਿਹੜਾ ਉਹ ਪਾਰਲੀਮੈਂਟ ਚ ਡਿੱਗ ਪਿਆ, ਪੈਸੇ ਖਰਚੇ ਨਹੀਂ ਜਾ ਸਕਣੇ। ਹੁਣ ਐਮਰਜੈਂਸੀ ਸਰਵਿਸ ਨੇ ਜਿਹਨਾਂ ਚ ਫਾਇਰ ਬ੍ਰਿਗੇਡ ਹੈ, ਇਮੀਗ੍ਰੇਸ਼ਨ ਹੈ, ਕਸਟਮ ਹੈ, ਬਾਰਡਰ ਏਜੰਸੀ ਹੈ, ਬਾਰਡਰ ਦੀ ਪਹਿਰੇਦਾਰੀ ਕਰਨ ਵਾਲੇ ਫੌਜ ਹੈ, ਬਾਕੀ ਸਭ ਸਰਵਿਸ ਦਾ ਕੰਮ ਕਾਰ ਰੋਕ ਦਿੱਤਾ ਗਿਆ। ਇਹ ਡੋਨਲਡ ਟਰੰਪ ਨੂੰ ਇੱਕ ਬਹੁਤ ਵੱਡਾ ਝਟਕਾ, ਤੇ ਮੈਂ ਨਹੀਂ ਸਮਝਦਾ ਕਿ ਉਹਨਾਂ ਦੇ ਜਿਹੜੇ ਮੈਂਬਰ ਉਹ ਆਪਣੇ ਆਪ ਹੀ ਪਾਰਟੀ ਚੋ ਬਗਾਵਤ ਕਰਕੇ ਦੂਜੇ ਪਾਸੇ ਡੈਮੋਕਰੇਟਾਂ ਨਾਲ ਭੁਗਤੇ ਹੋਣ। ਯਾਦ ਕਰਨਾ ਚਾਹੀਦਾ ਸਾਨੂੰ ਇਹ ਕਿ ਪਿਛਲੇ ਸਾਲ ਜਦੋਂ ਉਹਨੇ ਆਪਣੀ ਪਾਰਟੀ ਦੇ ਵਿਚੋਂ ਡੈਲੀਗੇਟਾਂ ਦੀ ਬਹੁਤ ਸੰਮਤੀ ਲੈ ਲਈ ਤੇ ਚੋਣ ਲੜਨ ਦਾ ਹੱਕ ਪ੍ਰਾਪਤ ਲਗਭਗ ਕਰ ਲਿਆ ਸੀ, ਉਹਨੂੰ ਫਾਈਨਲ ਅਪਰੂਵਲ ਦੇਣੀ ਸੀ ਉਹਦੀ ਪਾਰਟੀ ਦੇ ਅਜਲਾਸ ਦੇ ਵਿਚ। ਪਾਰਟੀ ਦੇ ਅੰਦਰ ਰੌਲਾ ਪੈ ਗਿਆ ਸੀ ਕਿ ਬੰਦਾ ਜਿਸ ਤਰ੍ਹਾਂ ਦਾ ਹੈਗਾ, ਉਖੜ ਬੈੜਾ, ਜਿਹਦਾ ਪਤਾ ਹੀ ਨਹੀਂ ਗਿਆ ਕਿ ਇੱਧਰ ਨੂੰ ਜਾਣਾ ਕਿ ਉਧਰ ਨੂੰ, ਇਹੋ ਜਿਹੇ ਬੰਦੇ ਦੇ ਹੱਥ ਚ ਅਮਰੀਕਾ ਦੀ ਕਮਾਂਡ ਨਹੀਂ ਦੇਣੀ ਚਾਹੀਦੀ। ਫਿਰ ਪਾਰਟੀ ਨੇ ਅੰਤ ਨੂੰ ਇਹ ਫੈਸਲਾ ਕੀਤਾ ਕਿ ਡੈਲੀਗੇਟਾਂ ਦੀ ਬਹੁਤ ਸੰਮਤੀ ਉਹਦੇ ਨਾਲ ਹੈ, ਤੇ ਇਹਨੂੰ ਰਾਸ਼ਟਰਪਤੀ ਬਣ ਲੈਣ ਦਿਓ, ਚੋਣ ਲੜਨ ਦਿਓ, ਜਿੱਦਾਂ ਕਿ ਨਹੀਂ ਜਿੱਦਾਂ ਬਾਅਦ ਚ ਵੇਖਾਂਗੇ। ਉਦੋਂ ਬਾਅਦ ਵੀ ਇਹਦੇ ਨਾਲ ਉਪ ਰਾਸ਼ਟਰਪਤੀ ਮਾਈਕ ਪੈਂਸ ਇਸ ਕਰਕੇ ਲਾਇਆ ਗਿਆ ਕਿ ਉਹ ਬੰਦਾ ਸਿਆਣਾ, ਜੇ ਕੱਲ ਨੂੰ ਇਹਨੂੰ ਡੋਨਲਡ ਟਰੰਪ ਨੂੰ ਹਟਾਉਣਾ ਵੀ ਪਵੇ ਤੇ ਉੱਥੇ ਜੇ ਰਾਸ਼ਟਰਪਤੀ ਹਟੇ ਤੇ ਉਹਦੀ ਥਾਂ ਤੇ ਨਵੀਂ ਚੋਣ ਨਹੀਂ ਹੁੰਦੀ,
ਵਾਈਸ ਪ੍ਰੈਜੀਡੈਂਟ ਨੂੰ ਰਾਸ਼ਟਰਪਤੀ ਬਣਾ ਦਿੰਦੇ ਆ। ਉਹਨੂੰ ਲਾਇਆ ਇਸ ਕਰਕੇ ਆ ਵੀ ਉਹ ਇਸ ਤਰ੍ਹਾਂ ਕਰੇ। ਹੁਣ ਇਹ ਜਾਪਦਾ ਕਿ ਡੈਮੋਕ੍ਰੇਟਿਕ ਪਾਰਟੀ ਦੇ ਵਾਲਿਆਂ ਨੇ ਬਹੁਤਾ ਤੰਗ ਨਹੀਂ ਕੀਤਾ, ਇਹਦੀ ਆਪਣੀ ਰਿਪਬਲਿਕਨ ਦੇ ਅੰਦਰੋਂ ਇਹਦਾ ਵਿਰੋਧ ਜਿਹੜਾ ਉਹ ਵੱਧ ਗਿਆ ਤੇ ਰਿਪਬਲਿਕਨਾਂ ਨੇ ਇਹਦੇ ਖਿਲਾਫ਼ ਵੋਟਾਂ ਪਾ ਕੇ ਸ਼ਟਡਾਊਨ ਦੀ ਸਥਿਤੀ ਪੈਦਾ ਕਰਤੀ ਆ। ਜੀ ਪਨੂ ਸਾਹਿਬ, ਆਮ ਆਦਮੀ ਪਾਰਟੀ ਦੇ 20 ਵਿਧਾਇਕ ਹੈ ਜੋ ਕਰਾਰੋ ਵਿੱਚ ਦਿਨਾਂ ਚ ਦਿੱਤੇ ਗਏ ਸੀ, ਰਾਸ਼ਟਰਪਤੀ ਨੇ ਮੋਹਰ ਲਾਤੀ ਹੈ, ਹਾਈਕੋਰਟ ਦੇ ਵਿਚ ਅਰਜੀ ਪਈ ਸੀ, ਅੱਜ ਉਥੋਂ ਵੀ ਵਾਪਸ ਲੈ ਲਈ ਇਨ੍ਹਾਂ ਨੇ, ਤੇ ਆਮ ਆਦਮੀ ਪਾਰਟੀ ਤਾਂ ਇਹੀ ਕਹਿੰਦੀ ਹੈ ਕਿ ਜਿਹੜਾ ਚੋਣ ਕਮਿਸ਼ਨ ਹੈ ਜੀ ਮੋਦੀ ਦੇ ਏਜੰਟ ਵਾਂਗੂ ਉਹ ਭੁਗਤਿਆ। ਕੀ ਲੱਗਦਾ ਤੁਹਾਨੂੰ ਕਿ ਸਹੀ ਕਾਰਵਾਈ ਹੋਈ ਹੈ ਜਾਂ ਇਹ ਸਾਰੇ ਦਾ ਸਾਰਾ ਇੱਕ ਪਾਸੜ ਰਵੱਈਆ ਅਪਣਾਇਆ ਗਿਆ? ਨਾ ਇੱਕ ਪਾਸੜ ਕਹਿ ਸਕਦੇ, ਨਾ ਸਹੀ ਕਹਿ ਸਕਦੇ, ਨਾ ਇਹਨਾਂ ਵਿਧਾਇਕਾਂ ਨੂੰ ਸਹੀ ਕਹਿ ਸਕਦੇ, ਨਾ ਕੇਜਰੀਵਾਲ ਨੂੰ। ਨਿੰਦਰ ਸਲਾਉਣ ਵਾਲਾ ਕੋਈ ਵੀ ਨਹੀਂ ਜੀ। ਜਿਹੜਾ ਕੇਜਰੀਵਾਲ ਕਹਿੰਦਾ ਸੀ ਮੇਰਾ ਕੋਈ ਸਿਧਾਂਤ ਨਹੀਂ, ਮੇਰਾ ਕੋਈ ਇਜ਼ਮ ਨਹੀਂ, ਡਾਕਟਰ ਅੰਬੇਡਕਰ ਦੀ ਸੰਵਿਧਾਨ ਦੀ ਕਿਤਾਬ ਨੂੰ ਮੈਂ ਆਪਣਾ ਸਿਧਾਂਤ ਮੰਨ ਕੇ ਚੱਲੂਗਾ, ਉਹ ਕੇਜਰੀਵਾਲ ਇੱਥੇ ਪਹੁੰਚ ਗਿਆ ਕਿ ਉਹਨੇ 21 ਵਿਧਾਇਕ ਜਿਹੜੇ ਉਹਨਾਂ ਨੂੰ ਪਾਰਲੀਮੈਂਟਰੀ ਸੈਕਟਰੀ ਬਣਾਤਾ। ਪੰਜਾਬ ਵਿਚ ਪਾਰਲੀਮੈਂਟਰੀ ਸੈਕਟਰੀ ਬਣਾਇਆ ਸੀ ਬਾਦਲ ਸਾਹਿਬ ਨੇ, ਤੇ ਆਮ ਆਦਮੀ ਪਾਰਟੀ ਵਿਰੋਧ ਕਰਦੀ ਸੀ, ਤੇ ਇਹਨਾਂ ਨੇ ਆਪ ਉੱਥੇ ਦਿੱਲੀ ਦੇ ਵਿਚ 21 ਇਕੱਠੇ ਬਣਾਤੇ, ਇੱਕ ਨੀ ਦੋ ਨੀ, ਜਦਕਿ ਦਿੱਲੀ ਦੇ ਨਿਯਮਾਂ ਦੇ ਵਿਚ ਰੂਲਸ ਐਂਡ ਰੈਗੂਲੇਸ਼ਨ ਚ ਹੈ ਕਿ ਉੱਥੇ ਸਿਰਫ ਇੱਕ ਪਾਰਲੀਮੈਂਟਰੀ ਸੈਕਟਰੀ ਹੋ ਸਕਦਾ ਜੀ, ਤੇ ਉਹ ਵੀ ਮੁੱਖ ਮੰਤਰੀ ਨਾਲ ਅਟੈਚ ਹੋਵੇਗਾ। ਇਹਨੇ 21 ਕਿਉਂ ਬਣਾਏ? ਉਹ ਕਹਿੰਦਾ ਜੀ ਮੈਂ 21 ਬਣਾਏ ਪਰ ਇਹਨਾਂ ਨੂੰ ਜੋ ਕਿਸੇ ਨੂੰ ਮੈਂ ਤਨਖਾਹ ਨੀ ਪਾਰਲੀਮੈਂਟਰੀ ਸੈਕਟਰੀ ਦਿੱਤੀ, ਮੈਂ ਇਹਨਾਂ ਚ ਕਿਸੇ ਨੂੰ ਕਾਰ ਨੀ ਦਿੱਤੀ, ਕੋਠੀ ਨੀ ਦਿੱਤੀ, ਦਫ਼ਤਰ ਨੀ ਦਿੱਤਾ। ਓਦਾਂ ਇਹਨਾਂ ਨੂੰ ਆਖਿਆ ਪਲਾਨੇ ਪਲਾਨੇ ਮਹਿਕਮਿਆਂ ਦੇ ਕੰਮ ਕਾਰ ਤੁਸੀਂ ਵੇਖੋ ਤੇ ਮੁੱਖ ਮੰਤਰੀ ਦੀ ਮਦਦ ਕਰੋ, ਇਹ ਤਾਂ ਮੁਫ਼ਤ ਦੇ ਸੇਵਾਦਾਰ ਸੀ ਜੀ। ਆਹ ਗੱਲਾਂ ਕਹਿਣ ਦੀ ਆਉਂਦੀਆਂ। ਸੁਖਨੈਬ ਜੀ ਕਿਸੇ ਬੰਦੇ ਨੂੰ ਇਹ ਕਹਿ ਦਿੱਤਾ ਜਾਵੇ ਕਿ ਤੈਨੂੰ ਇੰਚਾਰਜ ਬਣਾ ਦਿੱਤਾ ਸੜਕਾਂ ਦੇ ਮਹਿਕਮੇ ਦਾ, ਮੰਤਰੀ ਨੀ ਬਣਾਇਆ, ਕੋਠੀ ਤੇਰੇ ਕੋਲ ਕੋਈ ਨੀ, ਕਾਰ ਕੋਈ ਨੀ, ਪਰ ਸੜਕਾਂ ਦਾ ਕੰਮ ਤੂੰ ਵੇਖਣਾ। ਉੱਥੇ ਬਣੀ ਹੋਈ ਹੋਵੇ ਨਵੀਂ ਨਵੀਂ ਸੜਕ 40-50 ਕਰੋੜ ਦੀ, ਉਹ ਵੇਖਣ ਜਾਵੇ ਤੇ ਦੋ ਕੁ ਵਾਰੀ ਬਜਰੀ ਉੱਤੇ ਪੈਰ ਘਸਾ ਕੇ ਤੇ ਕਹਿ ਦੇ ਆਹਾਂ ਇਹ ਤਾਂ ਠੀਕ ਨਹੀਂ ਬਣੀ, ਇਹ ਤਾਂ ਨੀ ਬਿੱਲ ਪਾਸ ਹੋਣੇ। ਤੇ ਫਿਰ ਉੱਥੇ ਸਾਹਮਣੇ ਖੜਾ ਠੇਕੇਦਾਰ ਤੇ ਇੰਜੀਨੀਅਰ ਨੇ ਉਹ ਸਮਝ ਜਾਂਦੇ ਇਹਦਾ ਮਤਲਬ ਕੀ ਆ, ਅੱਧੀ ਰਾਤ ਨੂੰ ਆ ਕੇ ਮਿਲ ਲੈਂਦੇ ਆ, ਤੇ ਫਿਰ ਇਹੋ ਜੇ ਐਮ ਐਲ ਏ ਨੂੰ ਤਨਖਾਹ ਦੀ ਲੋੜ ਕੀ ਆ, ਉਹਦਾ ਤੇ ਤਨਖਾਹ ਤੋਂ ਬਗੈਰ ਵੀ ਫਿਰ ਸਰ ਜਾਏਗਾ ਜੀ। ਇਹ ਇਹਨਾਂ ਨੂੰ ਇਸ ਤਰ੍ਹਾਂ ਬਣਾਉਣੇ ਨੀ ਸੀ ਚਾਹੀਦੇ, ਇਹਨਾਂ ਨੇ ਗਲਤ ਕੀਤਾ। ਜਦੋਂ ਇਹ ਸਾਰਾ ਕੁਝ ਗਲਤ ਹੋਇਆ ਸੀ ਉਦੋਂ ਇਹਨਾਂ ਦੀ ਪਾਰਟੀ ਚੋਂ ਕਿਸੇ ਨੇ ਵਿਰੋਧ ਨਹੀਂ ਕੀਤਾ, ਤੇ ਉਹ ਐਮ ਐਲ ਏ ਵੀ ਉਹ ਸੋਚਦੇ ਰਹੇ ਕਿ 4 ਦਿਨ ਮੌਜ ਕਰ ਲਓ ਜਿਹੜੀ ਹੁੰਦੀ ਹੈ, ਆਪਣੇ ਰਿਸ਼ਤੇਦਾਰਾਂ ਨੂੰ ਵੀ ਨਾਲ ਤੋਰ ਲਿਆ ਕੇ ਆ ਜਾ, ਆਪਾਂ ਸੁਪਰਵਿਜ਼ਨ ਕਰਨੀ, ਆਪਾਂ ਬੜੀ ਵੱਡੀ ਇਤਿਹਾਸਕ ਜ਼ਿੰਮੇਵਾਰੀ ਸਾਨੂੰ ਮਿਲੀ। ਉਹ ਗਲਤ ਕੀਤਾ ਇਹਨਾਂ ਨੇ, ਉਹਦਾ ਨੁਕਸਾਨ ਕਰਵਾ ਬੈਠੇ। ਦੂਜਾ ਪੱਖ ਇਹ ਆ, ਚੋਣ ਕਮਿਸ਼ਨਰ ਦੇ ਕੋਲ ਸ਼ਿਕਾਇਤ ਬੜੇ ਚਿਰ ਦੀ ਪਈ ਸੀ, ਉਹਨੇ ਹੁਣ ਤੱਕ ਫੈਸਲਾ ਕੀਤਾ ਹੀ ਨੀ ਜੀ, ਰੋਕ ਕੇ ਰੱਖਿਆ ਸੀ। ਫੈਸਲਾ ਕੀਤਾ ਉਹਨੇ ਸ਼ੁੱਕਰਵਾਰ, ਅੱਜ ਸੋਮਵਾਰ ਉਹਨੇ ਚਾਰਜ ਛੱਡ ਦਿੱਤਾ, ਰਿਟਾਇਰ ਹੋ ਗਿਆ ਜੀ। ਰਿਟਾਇਰਮੈਂਟ ਤੋਂ ਸਿਰਫ 3 ਦਿਨ ਪਹਿਲਾਂ ਉਹਨੇ ਫੈਸਲਾ ਕਿਉਂ ਕੀਤਾ? ਜਾਂ ਤਾਂ ਫੈਸਲਾ ਕਰਨਾ ਸੀ 2 ਮਹੀਨੇ ਪਹਿਲਾਂ ਕਰ ਦਿੰਦਾ, ਕਹਿੰਦੇ ਜੀ ਮੈਰਿਟ ਤੇ ਫੈਸਲਾ, ਜਾਂ ਫਿਰ 2 ਦਿਨ ਰਹਿ ਗਏ ਸੀ ਤੇ ਛੱਡ ਜਾਂਦਾ ਜੀ, ਮੇਰੇ ਤੋਂ ਬਾਅਦ ਆਪੇ ਜਿਹੜਾ ਦੂਸਰਾ ਆਊਗਾ ਇਲੈਕਸ਼ਨ ਕਮਿਸ਼ਨ ਫੈਸਲਾ ਕਰ ਲੂਗਾ, ਮੈਂ ਨੀ ਕਰਦਾ। ਇਸ ਮੌਕੇ ਤੇ ਆ ਕੇ ਜਿਵੇਂ ਉਹਨੇ ਫੈਸਲਾ ਕੀਤਾ, ਉਸ ਮੌਕੇ ਦੇ ਮੁਤਾਬਕ ਇਹ ਸਮਝਿਆ ਜਾਂਦਾ ਕਿ ਜਿਵੇਂ ਕਿਸੇ ਕਿਸਮ ਦੀ ਅੱਖ ਰਲੀ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਸਰਕਾਰ ਮੈਨੂੰ ਕੋਈ ਨਾ ਕੋਈ ਅਹੁਦਾ ਦੇਵੇਗੀ, ਨਹੀਂ ਤਾਂ ਇਸ ਵੇਲੇ ਨੂੰ ਕਰਨ ਦੀ ਕੋਈ ਲੋੜ ਨਹੀਂ ਸੀ। ਇਹਦੇ ਚ ਫਿਰ ਉਹਨੇ ਜਿਵੇਂ ਕੀਤਾ ਤੇ ਅਜੇ ਆਮ ਆਦਮੀ ਪਾਰਟੀ ਅਦਾਲਤ ਵੱਲ ਨੂੰ ਜਾਂਦੀ ਪਈ ਹੈ, ਤੇ ਉਹਨਾਂ ਨੇ ਰਾਤੋ ਰਾਤ ਹੀ ਫਾਈਲਾਂ ਰਾਸ਼ਟਰਪਤੀ ਕੋਲ ਵੀ ਪਹੁੰਚਾਤੀਆਂ। ਆਪ ਪਾਰਟੀ ਵਾਲੇ ਗਲਤ ਕਹਿੰਦੇ ਆ ਕਿ ਰਾਸ਼ਟਰਪਤੀ ਨੇ ਇੰਨੀ ਕਾਹਲੀ ਕੀਤੀ ਤੇ ਦਸਕੇ ਕਰਤੇ, ਰਾਸ਼ਟਰਪਤੀ ਨੇ ਨੀ ਕਾਹਲੀ ਕੀਤੀ, ਉਹਦੇ ਕੋਲ ਰਾਸ਼ਟਰਪਤੀ ਕੋਲ ਬਹੁਤੀਆਂ ਆਪਸ਼ਨਾਂ ਨੀ ਹੁੰਦੀਆਂ, ਉਹ ਤੇ ਉਹ ਕੰਮ ਕਰਦਾ ਜੋ ਭਾਰਤ ਸਰਕਾਰ ਮੰਤਰੀ ਮੰਡਲ ਜਾਂ ਹੋਮ ਮਿਨਿਸਟਰੀ ਕਹਿੰਦੀ ਹੈ। ਹੋਮ ਮਿਨਿਸਟਰੀ ਨੇ ਜਾ ਕੇ ਆਖਿਆ ਜੀ ਅੱਜ ਹੀ ਸਾਈਨ ਕਰਨੇ, ਉਹਨੇ ਆਖਿਆ ਲਓ ਕਰਾ ਲਓ, ਮੈਂ ਕਰਤੇ। ਰਾਸ਼ਟਰਪਤੀ ਦੇ ਵਿੱਚ ਕਸੂਰ ਨੀ ਅਸੀਂ ਕਰ ਸਕਦੇ, ਭਾਵੇਂ ਉਹ ਭਾਰਤੀ ਜਨਤਾ ਪਾਰਟੀ ਵਿੱਚੋਂ ਹੀ ਆਇਆ ਹੋਵੇ, ਉਹਨਾਂ ਦਾ ਐਮਪੀ ਰਿਹਾ ਹੋਵੇ, ਪਰ ਉਹਦਾ ਕਸੂਰ ਨੀ ਅਸੀਂ ਕਰ ਸਕਦੇ, ਕਸੂਰ ਸਰਕਾਰ ਦਾ ਜੀ। ਇਹਦੇ ਚ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਸਾਡੇ ਪੰਜਾਬ ਦੇ ਕੁਝ ਐਮ ਐਲ ਏ ਪਾਰਲੀਮੈਂਟਰੀ ਸੈਕਟਰੀ ਬਣਾਇਆ ਸੀ ਬਾਦਲ ਸਾਹਿਬ ਨੇ, ਅਦਾਲਤ ਨੇ ਕਹਿ ਤਾ ਗਲਤ ਬਣਾਏ ਤੇ ਹਟਾਤੇ। ਜਦੋਂ ਹਟਾਤੇ ਤੇ ਉਹਨਾਂ ਚ ਕਿਸੇ ਅਯੋਗ ਕਿਉਂ ਹਟਾਇਆ ਮੈਂਬਰੀ ਤੋਂ? ਹਿਮਾਚਲ ਪ੍ਰਦੇਸ਼ ਵਿਚ ਕਾਂਗਰਸੀਆਂ ਵੀ ਬਣਾਏ, ਬੀਜੇਪੀ ਵੀ ਬਣਾਏ, ਅਦਾਲਤ ਨੇ ਅਯੋਗ ਹਟਾਇਆ ਤੇ ਘਰ ਚਲੇ ਗਏ, ਪਰ ਕਿਸੇ ਨੇ ਉਹ ਸਿਰਫ ਪਾਰਲੀਮੈਂਟਰੀ ਸੈਕਟਰੀ ਤੋਂ ਹਟਾਇਆ ਸੀ, ਕਿਸੇ ਨੇ ਇਹ ਮੰਗ ਨਹੀਂ ਕੀਤੀ ਕਿ ਐਮ ਐਲ ਏ ਤੋਂ ਵੀ ਅਯੋਗ ਹਟਾ ਦਿਓ, ਇਹ ਸਿਰਫ ਦਿੱਲੀ ਚ ਹੋਈ। ਆ ਹਰਿਆਣੇ ਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਜਪਾ ਦੀ ਸਰਕਾਰ ਬਣੀ ਮਨੋਹਰ ਲਾਲ ਖੱਟਰ ਦੀ, ਇਹਨਾਂ ਨੇ ਵੀ ਪਾਰਲੀਮੈਂਟਰੀ ਸੈਕਟਰੀ ਬਣਾਏ, ਅਦਾਲਤ ਦੇ ਹੁਕਮ ਤੇ ਹਟਾਉਣੇ ਪੈ ਗਏ, ਪਰ ਹਟਾ ਦਿੱਤੇ, ਮੈਂਬਰੀ ਦੇ ਯੋਗ ਨਹੀਂ ਠਹਿਰਾਏ, ਇਹ ਸਿਰਫ ਦਿੱਲੀ ਚ ਠਹਿਰਾਏ ਆ। ਹੁਣ ਦਿੱਲੀ ਬਾਰੇ ਕਾਂਗਰਸ ਤੇ ਭਾਜਪਾ ਦੋਵੇਂ ਇੱਕੋ ਬੋਲੀ ਬੋਲਦੀਆਂ। ਹੈਰਾਨੀ ਦੀ ਗੱਲ ਇਹ ਹੈ ਕਿ ਦਿੱਲੀ ਦੇ ਵਿਚ
ਭਾਜਪਾ ਦੀ ਸਰਕਾਰ ਹੁੰਦੀ ਸੀ, ਮੁੱਖ ਮੰਤਰੀ ਸਾਧ ਸਿੰਘ ਵਰਮਾ ਹੁੰਦਾ ਸੀ, ਓਹਨੇ ਆਪਣੇ ਨਾਲ 15 ਪਾਰਲੀਮੈਂਟਰੀ ਸੈਕਟਰੀ ਲਾ ਲਏ ਸੀ, ਓਹਨੇ ਕਿਉਂ ਲਾਏ ਸੀ? ਸ਼ੀਲਾ ਦੀਕਸ਼ਿਤ ਜਦੋਂ ਮੁੱਖ ਮੰਤਰੀ ਹੁੰਦੀ ਸੀ ਓਹਨੇ ਆਪਣੇ ਨਾਲ 6 ਪਾਰਲੀਮੈਂਟਰੀ ਸੈਕਟਰੀ ਲਾਏ ਸੀ, ਜਿਹੜਾ ਅੱਜ ਕੱਲ ਦਿੱਲੀ ਦੀ ਕਾਂਗਰਸ ਦਾ ਪ੍ਰਧਾਨ ਹੈ ਅਜੇ ਮਾਕਨ ਜੀ, ਤੇ ਇਸ ਵੇਲੇ ਬੜਾ ਅਰਵਿੰਦ ਕੇਜਰੀਵਾਲ ਦੇ ਖਿਲਾਫ ਵਾਬੜ ਕੇ ਬੋਲਦਾ ਉੱਚੀ ਉੱਚੀ, ਇਹਨੇ ਆਹ ਕਰਤਾ ਨੇ ਉਹ ਕਰਤਾ ਜੀ। ਸ਼ੀਲਾ ਦੀਕਸ਼ਿਤ ਦੀ ਸਰਕਾਰ ਦੇ ਵਿਚ ਇਹ ਵੀ ਪਾਰਲੀਮੈਂਟਰੀ ਸੈਕਟਰੀ ਬਣਿਆ ਸੀ, ਇਹਨਾਂ ਸਾਰਿਆਂ ਦੇ ਖਿਲਾਫ਼ ਕਾਰਵਾਈਆਂ ਹੋਣੀਆਂ ਚਾਹੀਦੀਆਂ, ਉੱਥੇ ਕੋਈ ਨੀ ਕਰ ਰਿਹਾ। ਇਹ ਹੁਣ ਕਿਉਂਕਿ ਤਬੇਲੇ ਦੀ ਬੜਾ ਵਛੇਰੇ ਦੇ ਗੜ ਹੈ, ਸਾਰਾ ਕੁਝ ਕੇਜਰੀਵਾਲ ਦੇ ਖਿਲਾਫ਼ ਪੈਂਦਾ। ਮੈਂ ਆਪ ਸਮਝਦਾ ਕੇਜਰੀਵਾਲ ਨੂੰ ਥੋੜੀ ਜਿਹੀ ਅਕਲ ਵੀ ਆਉਣੀ ਚਾਹੀਦੀ ਹੈ, ਜਦੋਂ ਨੂੰ ਪਤਾ ਵੀ ਇਹ ਗਲਤ ਕੰਮ ਹੁੰਦਾ ਪਿਆ ਦੂਸਰੇ ਕਰਦੇ ਆ, ਇਹ ਮਿਸਾਲ ਪੇਸ਼ ਕਰਦਾ ਜੀ ਅਸੀਂ ਨੀ ਕਰਦੇ, ਇਹਨੇ ਜੇ ਕੰਮ ਹੀ ਚੈੱਕ ਕਰਾਉਣੇ ਸੀ ਤੇ ਪਾਰਲੀਮੈਂਟਰੀ ਸੈਕਟਰੀ ਬਣਾਉਣ ਦੀ ਲੋੜ ਨਹੀਂ ਸੀ। ਜਿੱਦਾਂ ਵਿਧਾਨ ਸਭਾ ਦੀਆਂ ਕਮੇਟੀਆਂ ਹੁੰਦੀਆਂ, ਪਾਰਲੀਮੈਂਟ ਦੀਆਂ ਕਮੇਟੀਆਂ ਹੁੰਦੀਆਂ, ਇੱਕ ਸੜਕਾਂ ਬਾਰੇ ਕਮੇਟੀ ਹੈਗੀ ਸੀ, ਉਹਨੂੰ ਕਹਿੰਦਾ ਜੀ ਸੜਕਾਂ ਦੀ ਕਮੇਟੀ ਜਾਵੇਗੀ ਚੈੱਕ ਕਰਨ ਕਰਵੇ, ਸਾਰੀ ਕਮੇਟੀ ਚੱਲ ਜਾਂਦੀ। ਇਸੇ ਤਰ੍ਹਾਂ ਹੀ ਟੂਰਿਜ਼ਮ ਦੀ ਕਮੇਟੀ ਹੈ, ਹਸਪਤਾਲ ਦੀ ਕਮੇਟੀ ਹੈ, ਉਹ ਕਮੇਟੀਆਂ ਕੰਮ ਕਰਦੀਆਂ, ਉਹਨਾਂ ਤੋਂ ਕੰਮ ਹੀ ਲਿਆ ਜਾ ਸਕਦਾ। ਕਮੇਟੀ ਦਾ ਚੇਅਰਮੈਨ ਕਿਤੇ ਵੀ ਚੈੱਕ ਕਰਨ ਜਾ ਸਕਦਾ। ਤੁਹਾਡੀ ਜਾਣਕਾਰੀ ਲਈ ਦੱਸਦਿਆਂ ਕਿ ਜਦੋਂ ਮੁੰਬਈ ਚ ਬਹੁਤ ਵੱਡਾ ਅੱਤਵਾਦ ਦਾ ਹਮਲਾ ਹੋਇਆ ਸੀ, 7 ਦਿਨ ਚੱਲਦਾ ਰਿਹਾ, ਦਿੱਲੀ ਤੋਂ ਹੋਸਪਿਟੈਲਿਟੀ ਜਿਹੜੀ ਕਮੇਟੀ ਹੈ ਪਾਰਲੀਮੈਂਟ ਦੀ, ਉਹਦੇ 4 ਮੈਂਬਰ ਉੱਥੇ ਗਏ ਹੋਏ ਸਨ ਤਾਜ ਹੋਟਲ ਚੈੱਕ ਕਰਨ, ਜਿਹੜੇ ਹੋਟਲ ਦੇ ਉੱਤੇ ਹਮਲਾ ਹੋਇਆ ਜੀ। ਪਰ ਬਹੁਤੇ ਲੋਕਾਂ ਨੂੰ ਪਤਾ ਨਹੀਂ ਕਿ ਉਹਨਾਂ ਦੀਆਂ ਹਦਾਇਤਾਂ ਚ ਹੁੰਦਾ ਕਿ ਜਦੋਂ ਉਹਨਾਂ ਹੋਟਲ ਚੈੱਕ ਕਰਨ ਜਾਣਾ, ਸਰਕਾਰ ਦਾ ਆਪਣਾ ਹੋਟਲ ਤਾਜ ਹੋਟਲ ਸਰਕਾਰ ਦਾ ਸੀ, ਇਹ ਹਦਾਇਤ ਹੁੰਦੀ ਹੈ ਕਿ ਤੁਸੀਂ ਹੋਟਲ ਚ ਨਹੀਂ ਰਹੋਗੇ, ਤਾਂ ਕਿ ਇਹ ਨਾ ਹੋਵੇ ਕਿ ਹੋਟਲ ਦਾ ਖਾ ਪੀ ਕੇ ਉਹਨਾਂ ਦੇ ਪੱਖ ਵਿਚ ਰਿਪੋਰਟ ਬਣਾ ਲਿਓ। ਸਹੀ, ਉਹਨਾਂ ਦੇ ਵਾਸਤੇ ਵੱਖਰੇ ਸਰਕਾਰੀ ਰੈਸਟ ਹਾਊਸ ਵਿਚ ਰਹਿਣ ਦਾ ਪ੍ਰਬੰਧ ਸੀ, ਪਰ ਉਹ 4 ਜਣੇ ਉੱਥੇ ਕਾਗਜ਼ਾਂ ਵਿਚ ਰੈਸਟ ਹਾਊਸ ਵਿਚ ਸਨ, ਅਸਲ ਵਿਚ ਤਾਜ ਹੋਟਲ ਦੇ ਵਿਚ ਬੈਠੇ ਹੋਏ ਸੀ, ਉੱਥੋਂ ਬੜੀ ਮੁਸ਼ਕਿਲ ਕੱਢੇ ਗਏ। ਜੇ ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਲੁਕੀਆਂ ਰਹਿ ਜਾਂਦੀਆਂ ਨੇ, ਇਹਨੇ ਵੀ ਕੇਜਰੀਵਾਲ ਨੇ ਕੰਮ ਕਰਾਉਣਾ ਸੀ ਆਪਣੇ MLA ਤੋਂ ਕਰਵਾ ਸਕਦਾ ਸੀ, ਇਹਨੂੰ ਪਾਰਲੀਮੈਂਟਰੀ ਸੈਕਟਰੀ ਨਹੀਂ ਸੀ ਬਣਾਉਣੇ ਚਾਹੀਦੇ, ਇਹਨੇ ਆਪਣੇ ਸਿਰ ਮੁਸੀਬਤ ਆਪ ਸੇੜੀ ਜੀ। ਤੇ ਪੰਨੂ ਸਾਹਿਬ, ਉਦੋਂ ਅਗਲੀ ਗੱਲ, ਪਦਮਾਵਤ ਫਿਲਮ ਜਾਂ ਪਦਮਾਵਤੀ, ਇਸ ਦਾ ਵਿਰੋਧ ਹੁਣ ਬਹੁਤ ਵੱਡੇ ਪੱਧਰ ਦੇ ਉੱਤੇ ਹੋਣਾ ਸ਼ੁਰੂ ਹੋ ਗਿਆ ਜੀ। ਲੱਗਦਾ ਤਾਂ ਇਹ ਸੀਗਾ ਕਿ ਕਿਤੇ ਨਾ ਕਿਤੇ ਦਬਾ ਲਿਆ ਜਾਊਗਾ ਹਾਈਕੋਰਟ ਦੇ, ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ, ਪਰ ਹੁਣ ਕਈ ਥਾਵਾਂ ਦੇ ਉੱਤੇ ਸਰਗਰਮੀਆਂ ਆ ਗਈਆਂ ਨੇ। ਚਿਤੌੜਗੜ੍ਹ ਦਾ ਕਿਲ੍ਹਾ ਤੇ ਉੱਥੇ ਕੱਲ ਤਲਵਾਰਾਂ ਲੈ ਕੇ ਬੀਬੀਆਂ ਦੇ ਵੱਲੋਂ ਪ੍ਰਦਰਸ਼ਨ, ਇਹ ਕਰਨੀ ਸੈਨਾ ਕਿੱਧਰ ਨੂੰ ਜਾ ਰਹੀ ਹੈ ਜੀ? ਦੇਖੋ, ਬਸੰਤੀ ਨੂੰ ਬਸੰਤ ਬਣਾਤਾ, ਉਹਦਾ ਜੈਂਡਰ ਚੇਂਜ ਕਰਤਾ, ਪਦਮਾਵਤੀ ਨੂੰ ਪਦਮਾਵਤ ਬਣਾਤਾ ਜੀ, ਆਦਾ ਤੋਂ ਨਰ ਕਰਤਾ, ਫਿਲਮ ਫਿਰ ਨਹੀਂ ਚੱਲੀ। ਉਹ ਜਿਹੜਾ ਫਿਲਮ ਸਰਟੀਫਿਕੇਸ਼ਨ ਬੋਰਡ ਹੈ, ਜਿਹਨੂੰ ਆਮ ਬੋਲੀ ਸੈਂਸਰ ਬੋਰਡ ਕਹਿ ਦਿੰਦੇ ਆ, ਉਹਦੇ ਨਾਲ ਸਮਝੌਤਾ ਹੋਇਆ ਸੀ, ਉਸ ਸਮਝੌਤੇ ਚ ਮਾਮਲਾ ਚੁੱਕਿਆ ਗਿਆ ਸੀ, ਸਮਝੌਤੇ ਚ ਠੱਪਿਆ ਗਿਆ। ਜੇ ਸਮਝੌਤੇ ਚ ਚੁੱਕਿਆ ਨਾ ਗਿਆ ਹੁੰਦਾ, ਤੁਹਾਡੀ ਜਾਣਕਾਰੀ ਲਈ ਗੱਲ ਦੱਸ ਦੇਣਾ, ਬਹੁਤ ਲੋਕਾਂ ਨੂੰ ਪਤਾ ਨੀ ਜੀ ਕਿ ਜਿਹੜੀ ਪਦਮਾਵਤੀ ਦਾ ਹੁੰਡ ਵਾਲਾ ਪੈ ਰਿਹਾ ਜੀ, ਅੱਜ ਤੋਂ 15-20 ਸਾਲ ਪਹਿਲਾਂ ਸੋਨੀ ਟੀਵੀ ਚੈਨਲ ਦੇ ਉੱਤੇ ਇਹੋ ਹੀ ਪਦਮਾਵਤੀ ਟੀਵੀ ਸੀਰੀਅਲ ਦੇ ਰੂਪ ਚ ਵਿਖਾਈ ਜਾ ਚੁੱਕੀ ਹੈ। ਵਿਖਾਉਣ ਵਾਲਾ ਉਦੋਂ ਵੀ ਸੰਜੇ ਲੀਲਾ ਭੰਸਾਲੀ ਸੀ, ਉਦੋਂ ਕੋਈ ਨੀ ਬੋਲਿਆ। 15-20 ਸਾਲ ਨਹੀਂ, ਮੇਰਾ ਖਿਆਲ ਹੈ 2008 ਜਾਂ 9 ਦੇ ਵਿੱਚ ਵਿਖਾਈ ਗਈ ਜੀ। ਮਨਮੋਹਨ ਸਿੰਘ ਦੀ ਸਰਕਾਰ ਸੀ, ਰਾਜਸਥਾਨ ਚ ਵੀ ਕਾਂਗਰਸ ਦੀ ਸਰਕਾਰ ਸੀ, ਹੁਣ ਉੱਥੇ ਭਾਜਪਾ ਸਰਕਾਰ ਆ, ਉੱਥੇ ਬੰਦੇ ਭੜਕੇ ਨੇ, ਸਰਕਾਰ ਰੋਕਦੀ ਨੀ, ਸਰਕਾਰ ਤਮਾਸ਼ਾ ਵੇਖਦੀ ਆ ਕਿ ਜੋ ਆਪਣੀਆਂ ਵੋਟਾਂ ਬਦਲਗੀਆਂ ਜੀ, ਵੋਟਾਂ ਦੀ ਗਿਣਤੀ ਮਿਣਤੀ ਚੱਲਦੀ ਪਈ ਆ, ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਫਿਰ ਉਹਦਾ ਜਿਹੜਾ ਨੱਕ ਵੱਢ ਕੇ ਆਵੇ ਇੰਨੇ ਪੈਸੇ ਦਿਆਂਗੇ, ਸਿਰ ਲਾ ਕੇ ਲਿਆਵੇ ਇੰਨੇ ਪੈਸੇ ਦਿਆਂਗੇ, ਤੇਜ਼ਾਬ ਸੁੱਟ ਕੇ ਆਵੇ ਇੰਨੇ ਪੈਸੇ ਦਿਆਂਗੇ, ਸਿਨੇਮੇ ਦੀ ਸਕਰੀਨ ਨੂੰ ਅੱਗ ਲਾ ਦੇ ਇੰਨੇ ਪੈਸੇ ਦਿਆਂਗੇ, ਜਿਨ੍ਹਾਂ ਨੇ ਫਿਲਮ ਵੇਖਣ ਜਾਣਾ ਘਰੋਂ ਬੀਮਾ ਕਰਾ ਕੇ ਜਾਣ, ਨਹੀਂ ਤਾਂ ਚਲੇ ਗਏ ਤੇ ਘਰ ਤਾਂ ਮੁੜਦੇ ਨੀ। ਕੀ ਹੋ ਰਿਹਾ ਤਮਾਸ਼ਾ? ਮੈਂ ਟੀਵੀ ਤੇ ਸੁਣਿਆ ਇੱਕ ਜਣਾ ਕਹਿੰਦਾ ਸੀ ਅਸੀਂ ਤਾਂ ਸੁਪਰੀਮ ਕੋਰਟ ਤੱਕ ਅੱਗ ਲਾ ਦਿਆਂਗੇ। ਸੁਪਰੀਮ ਕੋਰਟ ਬਾਰੇ ਇੱਦਾਂ ਦੀ ਬਕਵਾਸ ਕੀਤੀ ਜਾ ਰਹੀ ਹੈ, ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਬਾਰੇ, ਔਰ ਕਾਨੂੰਨ ਨੂੰ ਰੋਕਦਾ ਨੀ, ਸਰਕਾਰਾਂ ਰੋਕਦੀਆਂ ਨੀ ਪਈਆਂ। ਕਹਿੰਦੇ ਜੀ ਲੋਕਾਂ ਦੀਆਂ ਭਾਵਨਾਵਾਂ ਦਾ ਸਵਾਲ ਹੈ, ਕੱਲ ਨੂੰ ਜੇ ਕਿਸੇ ਹੋਰ ਦੀਆਂ ਭਾਵਨਾਵਾਂ ਭੜਕਦੀਆਂ ਫਿਰ ਕੀ ਬਣੇਗਾ। ਭਾਵਨਾਵਾਂ ਦਾ ਸਵਾਲ ਬਣਾ ਕੇ ਇਹਨਾਂ ਨੇ ਡਰਾਮਾ ਜਿਹੜਾ ਸ਼ੁਰੂ ਕੀਤਾ ਗਲਤ, ਔਰ ਇਹਦੇ ਚ ਕੁਝ ਗੱਲਾਂ ਫਿਰ ਮੈਂ ਹੈਰਾਨੀ ਵਾਲੀਆਂ ਤੋਂ ਦੱਸਾਂ। ਇਸ ਫਿਲਮ ਦਾ ਰੌਲਾ ਪਿਆ, ਕਹਿੰਦੇ ਫਿਲਮ ਤੇ ਪਾਬੰਦੀ ਲਾਓ, ਫਿਰ ਆਖਿਆ ਗਿਆ ਕਿ ਇਸ ਫਿਲਮ ਦੀ ਐਡ ਕਰਦਿਆਂ ਕਰਦਿਆਂ ਝੂਮਰ ਦਾ ਜਿਹੜਾ ਡਾਂਸ ਹੈ ਤੇ ਗਾਣਾ ਉਹ ਬਹੁਤ ਪਾਪੂਲਰ ਹੋ ਗਿਆ, ਇਹਦੇ ਉੱਤੇ ਵੀ ਪਾਬੰਦੀ ਲਾ ਦਿਓ। ਆਖਿਆ ਬਾਹਰ ਕਿਸੇ ਨੂੰ ਵਿਆਹ ਸ਼ਾਦੀਆਂ ਤੇ ਵੀ ਅਸੀਂ ਨੀ ਗਾਉਣ ਨੇ ਦੇਣਾ। ਮੁਲਾਇਮ ਸਿੰਘ ਯਾਦਵ ਜਿਹੜਾ 4 ਵਾਰੀਆਂ ਦਾ ਮੁੱਖ ਮੰਤਰੀ ਹੈ, ਉਹਦੀ ਛੋਟੀ ਨੂੰ ਆਪਣੇ ਭਰਾ ਦੇ ਵਿਆਹ ਤੇ ਗਈ, ਸਕੇ ਪਿਆਰਾ ਭਰਾ ਦੇ ਵਿਆਹ ਤੇ ਗਈ, ਕੁੜੀ ਨੱਚ ਬੈਠੀ, ਨੱਚਣ ਲੱਗੀ ਉਹਨੇ ਝੂਮਰ ਦਾ CD ਲਵਾ ਕੇ ਤੇ ਉਹਦੇ ਨਾਲ ਡਾਂਸ ਕਰਤਾ। ਇੱਥੋਂ ਤੱਕ ਫਤਵੀ ਹੋ ਗਏ ਕਿ ਅਸੀਂ ਮੁਲਾਇਮ ਸਿੰਘ ਦੇ ਪਰਿਵਾਰ ਨੂੰ ਸੋਧ ਦਿਆਂਗੇ, ਉਹਨਾਂ ਨੇ
ਇਹ ਝੂਮਰ ਉੱਥੇ ਕਿਉਂ ਡਾਂਸ ਕੀਤਾ? ਸਕੂਲ ਵਿੱਚ ਮੱਧ ਪ੍ਰਦੇਸ਼ ਵਿੱਚ ਬੱਚਿਆਂ ਨੇ ਡਾਂਸ ਕੀਤਾ, ਉਹਨਾਂ ਨੂੰ ਜਾ ਕੇ ਕੁੜਤਾ ਟੀਚਰ ਨਾਲ ਕੁੱਟ ਦਿੱਤੇ। ਪਰ ਜਿਹੜੀ ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਉਹ ਇਹ ਕਿ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਆਇਆ ਸੀ ਜੀ, ਉਹਦਾ ਸਵਾਗਤ ਕੀਤਾ ਗਿਆ। ਗੁਜਰਾਤ ਦੀ ਸਰਕਾਰ ਨੇ ਪਦਮਾਵਤੀ ਜਾਂ ਪਦਮਾਵਤ ਫਿਲਮ ਤੇ ਵੀ ਪਾਬੰਦੀ ਲਾਈ ਹੈ, ਝੂਮਰ ਨਾਚ ਵੀ ਕਹਿੰਦੇ ਹੋਣ ਨੀ ਦੇਣਾ। ਤੇ ਜਦੋਂ ਇਸਰਾਇਲ ਦੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਤੇ ਭਾਰਤ ਦਾ ਪ੍ਰਧਾਨ ਮੰਤਰੀ ਨਾਲ ਬੈਠਾ, ਉਹਦੇ ਸਾਹਮਣੇ ਲੰਚ ਵੇਲੇ ਜਿਹੜਾ ਕਲਚਰ ਪ੍ਰੋਗਰਾਮ ਪੇਸ਼ ਕੀਤਾ ਗਿਆ ਉਹਦੇ ਚ ਉਹ ਝੂਮਰ ਨਾਚ ਸੀਗਾ ਜਿਹੜਾ ਓਦਾਂ ਕਹਿੰਦੇ ਕਿਸੇ ਨੂੰ ਨੱਚਣ ਨੀ ਦੇਣਾ। ਇਹਦਾ ਮਤਲਬ ਆਮ ਲੋਕਾਂ ਨੂੰ ਨੱਚਣ ਨੀ ਦੇਣਾ, ਸੰਭਾਲ ਕੇ ਰੱਖਣਾ ਕਿ ਇਸਰਾਇਲ ਦਾ ਪ੍ਰਧਾਨ ਮੰਤਰੀ ਆਵੇ ਜਾਂ ਕੱਲ ਨੂੰ ਜਪਾਨ ਦਾ ਸ਼ਿੰਜੋ ਐਬੇ ਆਵੇ ਤੇ ਉਹਦੇ ਸਾਹਮਣੇ ਨੱਚਿਆ ਕਰਨਾ ਜੀ। ਇਹ ਸਭ ਤਮਾਸ਼ਬੀਨੀ ਹੋ ਰਹੀ, ਗਲਤ ਹੋ ਰਹੀ ਹੈ ਤਾਂ ਨੁਕਸਾਨ ਹੋਵੇਗਾ ਜੀ। ਤੇ ਹੋਟਲ ਤਾਜ ਦੀ ਅਸੀਂ ਥੋੜੀ ਜਿਹੀ ਗੱਲ ਕਰਕੇ ਹਟੇ ਹਾਂ, ਤੇ ਨਾਲ ਹੀ ਜਿਹੜਾ ਇੱਕ ਹੋਟਲ ਹੈ ਜੀ ਕਾਬੁਲ ਦੇ ਵਿੱਚ, ਉੱਥੇ ਅਟੈਕ ਹੋਇਆ, 43 ਤੋਂ ਵੱਧ ਮੌਤਾਂ ਹੋ ਗਈਆਂ, ਕਿੱਧਰ ਨੂੰ ਜਾ ਰਿਹਾ ਜੀ ਸਮਾਜ? ਜਿੱਦਾਂ ਦਾ ਸਾਡੇ ਉਹ ਤਾਜ ਹੋਟਲ ਹੈ, ਇੰਟਰਨੈਸ਼ਨਲ ਹੋਟਲ ਜਿਹਦੇ ਚ ਦੁਨੀਆਂ ਭਰ ਦੇ ਟੂਰਿਸਟ ਵੀ ਆਉਂਦੇ ਆ, ਕਾਰੋਬਾਰੀ ਲੋਕ ਵੀ ਆਉਂਦੇ ਆ ਜੀ। ਕਾਬੁਲ ਦੇ ਵਿੱਚ ਜਿਹੜੇ ਹੋਟਲ ਦੇ ਉੱਤੇ ਹਮਲਾ ਹੋਇਆ ਉਹ ਵੀ ਇੰਟਰਨੈਸ਼ਨਲ ਲੈਵਲ ਦਾ, ਕਾਬੁਲ ਦਾ ਸਭ ਤੋਂ ਵੱਡਾ ਹੋਟਲ ਹੈ। ਵੱਖ ਵੱਖ ਦੇਸ਼ਾਂ ਦੇ ਰਾਜਦੂਤ ਵੀ ਉੱਥੇ ਆਉਂਦੇ ਰਹਿੰਦੇ ਆ, ਜੇ ਕਿਸੇ ਦੇਸ਼ ਦਾ ਕੋਈ ਪ੍ਰਧਾਨ ਮੰਤਰੀ ਵਗੈਰਾ ਆਉਂਦਾ ਤੇ ਉਹਦੀ ਰਿਹਾਇਸ਼ ਦਾ ਪ੍ਰਬੰਧ ਵੀ ਉੱਥੇ ਕੀਤਾ ਜਾਂਦਾ। ਉਹਦੇ ਵਿੱਚ ਹਮਲਾ ਉਸੇ ਕਿਸਮ ਦਾ ਕੀਤਾ ਗਿਆ। ਸਾਡੇ ਤਾਂ 7 ਹਮਲਾ ਚੱਲਦਾ ਰਿਹਾ ਸੀ ਇੱਥੇ, ਕੋਈ 14-15 ਘੰਟੇ ਚੱਲਿਆ, ਬੰਦੇ ਮਾਰ ਕੇ ਬਾਕੀ ਨਾਲ ਛੁਡਾ ਲਏ ਤੇ ਨੁਕਸਾਨ ਤਾਂ ਹੋਇਆ ਪਰ ਓਨਾ ਜ਼ਿਆਦਾ ਨਹੀਂ ਹੋ ਸਕਿਆ ਜਿੰਨਾ ਭਾਰਤ ਵਿੱਚ ਸਾਡੇ ਬੰਬੇ ਚ ਹੋਇਆ ਸੀ। ਉੱਥੇ ਹਾਲਾਤ ਅਜੇ ਵੀ ਸੁਧਰ ਨਹੀਂ ਰਹੇ ਕਿਉਂਕਿ ਪਾਕਿਸਤਾਨ ਦੀ ਸਰਕਾਰ ਸੁਧਰ ਨਹੀਂ ਦਿੰਦੀ। ਉਹਨੂੰ ਇਹ ਲੱਗਦਾ ਕਿ ਜੇ ਅਫਗਾਨਿਸਤਾਨ ਚ ਹਾਲਾਤ ਠੀਕ ਹੋ ਗਏ ਤੇ ਸਾਡੀ ਜਿਵੇਂ ਇੱਕ ਕਿਸਮ ਦੀ ਹਾਰ ਹੈ, ਸਾਰੀ ਦੁਨੀਆਂ ਸਾਡੇ ਨਾਲ ਇਸ ਕਰਕੇ ਮੁੜ ਮੁੜ ਸੰਪਰਕ ਕਰਦੀ ਹੈ ਕਿ ਇਹ ਕਿਸੇ ਤਰੀਕੇ ਕੋਈ ਗੜਬੜ ਨਾ ਕਰਨ, ਜੇ ਮੰਨ ਜਾਣ ਤੇ ਹਾਲਾਤ ਠੀਕ ਹੋ ਜਾਣ। ਉਹਨਾਂ ਨੇ ਹਾਲਾਤ ਠੀਕ ਨਹੀਂ ਹੋਣ ਦੇ, ਅਫਗਾਨਿਸਤਾਨ ਚ ਜਿੰਨੀ ਹੁਣ ਤੱਕ ਇਹ ਲੜਾਈ ਚੱਲਦੀ ਪਈ ਹੈ ਸਾਰੀ ਇੱਕੋ ਟੋਲਾ ਕਰਦਾ, ਉਸ ਟੋਲੇ ਨੂੰ ਹਕਾਨੀ ਨੈਟਵਰਕ ਕਹਿੰਦੇ ਆ। ਉਹਨਾਂ ਲੀਡਰ ਹਕਾਨੀ ਹੈ ਤੇ ਉਹਨਾਂ ਦੀ ਹਾਈਕਮਾਂਡ ਚ ਹਕਾਨੀ ਦੇ ਦੋ ਭਰਾ ਨੇ, ਮੁੰਡੇ ਨੇ, ਭਤੀਜੇ ਨੇ, ਉਹ ਸਾਰਾ ਇੱਕੋ ਟੱਬਰ ਚਲਾ ਰਿਹਾ ਤੇ ਉਹਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ISI ਚਲਾ ਰਹੀ ਹੈ। ਇਹ ਕਾਰਨਾਮਾ ਉਹਨਾਂ ਦਾ ਕਰਾਇਆ ਹੋਇਆ ਜੀ। ਪਨੂ ਸਾਹਿਬ, ਉੱਧਰ ਹੀ ਜੇ ਅਸੀਂ ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਟਰੰਪ ਤੋਂ ਮਾਫੀ ਦੀ ਉਮੀਦ ਕਰੀ ਬੈਠਾ ਕਿ ਟਰੰਪ ਮਾਫੀ ਮੰਗ ਲਏ ਹੁਣ ਸਾਡੇ ਤੋਂ। ਸੁਪਨੇ ਹੀ ਲੈਣੇ ਹੋਣ ਤੇ ਬੰਦਾ ਵਾਹਵਾ ਉੱਚੇ ਲਹਿਰ ਵਿੱਚ, ਚੰਗੀ ਗੱਲ ਹੈ। ਇਹ ਕਹਿਤਾ ਡੋਨਲਡ ਟਰੰਪ ਨੇ ਨਵੇਂ ਸਾਲ ਦੇ ਮੌਕੇ ਤੇ ਸਾਨੂੰ ਹੈਪੀ ਨਿਊ ਈਅਰ ਤੇ ਆਖਿਆ ਨੀ ਜੀ, ਸਾਨੂੰ ਆਖਣ ਦਾ ਮੌਕਾ ਵੀ ਨੀ ਦਿੱਤਾ ਤੇ ਸਾਨੂੰ ਮਿਹਣੇ ਦੇ ਉੱਤੇ ਕਿੰਨੇ ਪੈਸੇ ਲੈ ਲਿਆ, ਝੂਠ ਮਾਰਦੇ ਆ, ਧੋਖਾ ਕਰਦੇ ਆ, ਠੱਗੀ ਕਰਦੇ ਆ, ਇਹ ਕੋਈ ਪੈਸਾ ਨੀ ਦੇਣਾ, ਸਾਡੀ ਬਦਨਾਮੀ ਕੀਤੀ ਹੈ। ਉੱਥੋਂ ਦਾ ਜਿਹੜਾ ਪ੍ਰਧਾਨ ਮੰਤਰੀ ਹੈ, ਮੇਕ ਸ਼ਿਫਟ ਪ੍ਰਧਾਨ ਮੰਤਰੀ, ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਉਹ ਤੇ ਨਵਾਜ਼ ਸ਼ਰੀਫ ਸੀ, ਉਹਨੂੰ ਅਦਾਲਤ ਨੇ ਅਯੋਗ ਕਰਾਰ ਦਿੱਤਾ, ਪਾਸੇ ਹੋ ਗਿਆ, ਆਪਣੀ ਥਾਂ ਤੇ ਉਹਨੇ ਬਣਾਇਆ ਔਰ ਬਣਾ ਕੇ ਵੀ ਪਾਰਟੀ ਮੀਟਿੰਗ ਚ ਫੈਸਲਾ ਕਰਤਾ ਕਿ ਸਿਰਫ ਚੋਣਾਂ ਤੱਕ ਆ, ਚੋਣਾਂ ਦੇ ਵਿੱਚ ਪ੍ਰਧਾਨ ਮੰਤਰੀ ਦੇ ਤੌਰ ਤੇ ਨਵਾਜ਼ ਸ਼ਰੀਫ ਦਾ ਸਕਾ ਭਰਾ ਸ਼ਹਿਬਾਜ਼ ਸ਼ਰੀਫ ਜਿਹੜਾ ਉਹਨੂੰ ਪੇਸ਼ ਕੀਤਾ ਜਾਊਗਾ। ਜੇ ਉਹਨੂੰ ਪੇਸ਼ ਕੀਤਾ ਜਾਊਗਾ ਤੇ ਵਕਤੀ ਪ੍ਰਧਾਨ ਮੰਤਰੀ ਨੇ ਜਦੋਂ ਮਰਜ਼ੀ ਨੂੰ ਉਠਾ ਦਿਓ। ਇਹਦੇ ਕੱਲ ਇੱਕ ਟੀਵੀ ਇੰਟਰਵਿਊ ਚ ਇਹ ਕਹਿਤਾ ਕਿ ਜੇ ਸਾਡੇ ਨਾਲ ਸੰਬੰਧ ਸੁਧਾਰਨੇ ਆ ਤੇ ਅਮਰੀਕਾ ਦਾ ਰਾਸ਼ਟਰਪਤੀ ਆਪਣੀ ਟਿੱਪਣੀ ਜਿਹੜੀ ਕੀਤੀ ਸੀ ਨਵੇਂ ਸਾਲ ਤੇ ਉਹ ਵਾਪਸ ਲਵੇ, ਨਾਲ ਪਾਕਿਸਤਾਨ ਦੇ ਲੋਕਾਂ ਤੋਂ ਮਾਫ਼ੀ ਮੰਗੇ। ਉਹਨੇ ਪੁੱਛਣ ਵਾਲੇ ਕੋਈ ਇਹ ਨੀ ਪੁੱਛਿਆ ਵੀ ਜੇ ਉਹਨੇ ਮਾਫ਼ੀ ਨਾ ਮੰਗੀ ਤੇ ਫਿਰ ਕੀ ਕਰੋਗੇ, ਤੇ ਇਹਨੇ ਵੀ ਜਵਾਬ ਨਹੀਂ ਦਿੱਤਾ। ਬਸ ਇਹ ਕਹਿਤਾ ਕਿ ਉਹ ਮਾਫ਼ੀ ਮੰਗੇ ਜੇ ਉਹ ਨੌਕਰ ਨੇ ਕਿਹਾ ਸੀ ਮੇਰੀ ਤਨਖਾਹ ਵਧਾ ਦਿਓ, ਨਹੀਂ ਤੇ ਨਹੀਂ ਤੇ ਨਹੀਂ ਤੇ, ਉਹ ਕਹਿੰਦਾ ਨਹੀਂ ਤੇ ਕਰੇਗਾ, ਕਹਿੰਦਾ ਜੀ ਨਹੀਂ ਤੇ ਫਿਰ ਇਸੇ ਤਨਖਾਹ ਦੇ ਭਾਂਡੇ ਮਾਰ ਜਾਵਾਂਗੇ ਜੀ। ਪਾਕਿਸਤਾਨ ਦੀ ਹਸਤੀ ਕੀ ਅਮਰੀਕਾ ਦੇ ਸਾਹਮਣੇ, ਇਹਦੇ ਨਾਲ ਲੜ ਤੇ ਸਕਦਾ ਨੀ, ਉਹਦੇ ਅੱਗੇ ਅੜ ਵੀ ਨੀ ਸਕਦਾ, ਉਹਦਾ ਦਿੱਤਾ ਖਾਂਦਾ ਰਿਹਾ, ਅੱਗੋਂ ਵੀ ਇਹਦੇ ਸਾਹਮਣੇ ਕੋਈ ਰਾਹ ਨੀ ਗਾ, ਪੈਸੇ ਚਾਹੀਦੇ ਉਹਦੇ ਵਾਸਤੇ ਤਰਲੇ ਮਾਰਦਾ ਪਿਆ। ਪਰ ਦਾਵਾ ਏਡਾ ਵੱਡਾ ਕਰਤਾ ਕਿ ਅਮਰੀਕਾ ਵਾਲੇ ਸਾਡੇ ਤੋਂ ਮਾਫ਼ੀ ਮੰਗਣ, ਨਾਲੇ ਆਪਣੀ ਟਿੱਪਣੀ ਵਾਪਸ ਲੈਣ, ਇਹਦੇ ਨਾਲੇ ਆਪਣੀ ਪੋਜੀਸ਼ਨ ਹੋਰ ਖਰਾਬ ਕਰਾਊਗਾ। ਤੇ ਪਨੂ ਸਾਹਿਬ, ਅਗਲੀ ਗੱਲ ਜੇ ਕਰੀਏ ਜੀ ਤਾਂ ਫਤਿਹਗੜ੍ਹ ਸਾਹਿਬ, ਇੱਥੇ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਦਾ ਘਪਲਾ ਤੇ ਉਹ ਵੀ ਕਰੋੜਾਂ ਦਾ ਹੁਣ ਚਰਚਾ ਚ। ਹਾਂ, ਕਰੋੜਾਂ ਕੱਕੇ ਦੇ ਨਾਲ ਐਚ ਪਾ ਦਿਓ ਕਰੋੜਾ ਬਣ ਜਾਂਦਾ ਜੀ। ਉੱਥੇ ਇੱਕ ਪਿੰਡ ਆ ਕਰੋੜਾ ਜੀ, ਉਸ ਇਲਾਕੇ ਚ ਕਿਉਂਕਿ ਪਰਿਵਾਰ ਵਿਛੋੜੇ ਤੋਂ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ ਤੇ ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਨਾਲ ਪਰਿਵਾਰ ਦੋ ਥਾਈ ਨਿਖੜ ਗਿਆ ਸੀ।
ਉਸ ਨਖੇੜੇ ਤੋਂ ਬਾਅਦ ਜਿਹਦੇ ਜਿਹਦੇ ਗਏ ਥਾਂ ਥਾਂ ਤੇ ਉਹਨਾਂ ਦੇ ਚਰਨ ਛੋਹ ਪ੍ਰਾਪਤ ਗੁਰਦੁਆਰੇ ਬਣੇ ਹੋਏ ਨੇ। ਫਤਿਹਗੜ੍ਹ ਸਾਹਿਬ ਆ ਕੇ ਛੋਟੇ ਸਾਹਿਬਜ਼ਾਦਿਆਂ ਨਾਲ ਜੋ ਹੋਇਆ ਸਾਰਿਆਂ ਨੂੰ ਪਤਾ, ਉਹਦਾ ਜ਼ਿਕਰ ਕਰਦਿਆਂ ਵੀ ਮਨ ਵਿਰਾਗ ਨਾਲ ਲੋਕਾਂ ਦਾ ਭਰ ਜਾਂਦਾ। ਘਟਨਾ ਹੀ ਇਸ ਤਰ੍ਹਾਂ ਦੀ ਸੀ। ਉਹਦੇ ਨਾਲ ਜੁੜਵਾ ਪਿੰਡ ਆ ਉੱਥੇ ਖਰੋੜਾ, ਜਿੱਥੇ ਸ਼੍ਰੋਮਣੀ ਕਮੇਟੀ ਵਾਸਤੇ ਜ਼ਮੀਨ ਖਰੀਦੀ ਗਈ ਹੈ ਗੁਰਦੁਆਰਾ ਸਾਹਿਬ ਵਾਸਤੇ। ਪਹਿਲਾਂ ਜ਼ਮੀਨ ਭਮਾਸੀ ਚ ਲੈਣ ਲੱਗੇ ਸੀ, ਉਹਦਾ ਸੌਦਾ ਹੋਇਆ, ਛੱਡ ਕੇ ਖਰੋੜਾ ਚ ਲੈ ਲਿਆ ਗਿਆ। ਜਿਹੜੀ ਖਰੋੜਾ ਚ 40-50 ਏਕੜ ਜ਼ਮੀਨ ਲਈ ਗਈ, ਉਹਦਾ ਰੌਲਾ ਇਹ ਪੈਂਦਾ ਕਿ ਉੱਥੇ ਮਾਰਕੀਟ ਰੇਟ ਹੈਗਾ ਸੀ 25 ਲੱਖ ਰੁਪਇਆ ਕਿੱਲੇ ਦਾ, ਇਹਨਾਂ ਨੇ ਜ਼ਮੀਨ ਲੈ ਲਈ ਆ 45 ਲੱਖ ਰੁਪਏ ਨੂੰ। ਜਦੋਂ ਘੱਟ ਮੁੱਲ ਵਾਲੀ ਚੀਜ਼ ਮਹਿੰਗੇ ਮੁੱਲ ਤੇ ਖਰੀਦੀ ਜਾਂਦੀ ਆ ਤੇ ਉਹਦੇ ਚੋਂ ਕੁਝ ਨਾ ਕੁਝ ਫਾਇਦਾ ਵੇਚਣ ਵਾਲੇ ਨੂੰ ਵੀ ਦਿੱਤਾ ਜਾਂਦਾ, ਪਰ ਬਹੁਤਾ ਜਿਹੜਾ ਇਹ ਖਰੀਦਣ ਵਾਲੇ ਕਾਗਜ਼ਾਂ ਚ ਪੈਸੇ ਪਾ ਕੇ ਤੇ ਆਪ ਹੜੱਪ ਕਰਦੇ ਹੁੰਦੇ। ਹੁਣ ਇੱਕ ਚੀਜ਼ ਹੋਰ ਆ, ਸੁਖਨਾ ਅਸੀਂ ਪਿੰਡਾਂ ਚੋਂ ਆਏ ਆ, ਪਿੰਡਾਂ ਛੱਡ ਦੋ ਸ਼ਹਿਰ ਵਿਚ ਵੀ, ਤੁਸੀਂ ਕਿਸੇ ਸੜਕ ਤੇ ਚੱਲ ਜਾਓ, ਮੇਨ ਸੜਕ ਦੇ ਉੱਤੇ ਜਿਹੜਾ ਘਰ ਆ ਪਲਾਟ ਉਹਦੀ ਕੀਮਤ ਹੋਰ ਹੁੰਦੀ ਆ, ਪਰ ਸੜਕ ਦੇ ਨਾਲ ਗਲੀ ਚ ਮੁੜ ਜਾਓ ਉਸ ਪਲਾਟ ਦੇ ਜਿਹੜਾ ਪਿੱਛੇ ਪਲਾਟ ਹੈ ਉਹਦੀ ਕੀਮਤ 60% ਰਹਿ ਜਾਂਦੀ ਹੈ। ਦੋ ਘਰ ਹੋਰ ਛੱਡ ਦਿਓ ਤੇ 40% ਰਹਿ ਜਾਂਦੀ ਹੈ, ਜਿਹੜਾ ਮੋੜ ਤੇ ਘਰ ਹੁੰਦਾ ਉਹਦੀ ਕੀਮਤ ਵੱਧ ਹੁੰਦੀ ਹੈ। ਇੱਥੇ ਇਹਨਾਂ ਨੇ ਕੀ ਕੀਤਾ ਕਿ ਜਿਹੜੀ ਇੰਨੀ ਲੰਮੀ ਜ਼ਮੀਨ ਲਈ ਉਹਦੇ ਵਿੱਚ ਜਿਹੜੇ ਮੇਨ ਸੜਕ ਦੇ ਉੱਤੇ ਉਹਨਾਂ ਦਾ ਵੀ 45 ਲੱਖ, ਜਿਹੜੇ ਕਿੱਲੇ ਦੇ ਪਿੱਛੇ ਕਿੱਲੇ ਦੇ ਪਿੱਛੇ ਪੰਜਵੇਂ ਥਾਂ ਤੇ ਜਾ ਕੇ ਕਿੱਲਾ ਉਹਦਾ ਮੁੱਲ ਵੀ 45 ਲੱਖ, ਜਿਹੜਾ ਕੱਚੇ ਪਹਿ ਨਾਲ ਜੁੜਦਾ ਉਹਦਾ ਵੀ 45, ਪੱਕੇ ਸੜਕ ਨਾਲ ਜੁੜਦਾ ਉਹਦਾ ਵੀ 45, ਤੇ ਜਿਹੜਾ ਇਹਨਾਂ ਜੁੜਦਿਆਂ ਦੇ ਪਿੱਛੇ ਖੜਾ ਵਾ ਇੱਕ ਖੇਤ ਜਿਹਨੂੰ ਕੋਈ ਰਾਹ ਹੀ ਨਹੀਂ ਉਹਦਾ ਵੀ 45 ਲੱਖ। ਇਹ ਸਾਰਾ ਕੁਝ ਕਾਲਾ ਮਾਲਾ ਕੀਤਾ ਗਿਆ। ਇਹਦੇ ਚ ਨੋਟ ਕਰਨ ਵਾਲੀ ਗੱਲ ਇਹ ਫਤਿਹਗੜ੍ਹ ਸਾਹਿਬ ਬਹੁਤਾ ਵੱਡਾ ਜ਼ਿਲ੍ਹਾ ਨਹੀਂ, ਛੋਟਾ ਜਿਹਾ। ਉਹਦੇ ਵਿੱਚ ਅਸੈਂਬਲੀ ਦੀਆਂ 3 ਸੀਟਾਂ ਨੇ, ਇੱਕ ਸਰਹੰਦ ਫਤਿਹਗੜ੍ਹ ਸਾਹਿਬ, ਅਮਲੋਹ ਤੇ ਇੱਕ ਡੇਰਾ ਬੱਸੀ, ਹੋਰ ਤਾਂ ਹੈ ਨੀ ਕੋਈ। ਇਹ 3 ਸੀਟਾਂ ਵਾਲਾ ਛੋਟਾ ਜਿਹਾ ਜ਼ਿਲ੍ਹਾ, ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 4 ਮੈਂਬਰ ਨੇ, ਤੇ ਜਦੋਂ ਜ਼ਮੀਨ ਖਰੀਦ ਦਾ ਸੌਦਾ ਕੀਤਾ ਗਿਆ ਉਹਨਾਂ 4 ਮੈਂਬਰਾਂ ਚੋਂ ਕਿਸੇ ਇੱਕ ਨੂੰ ਵੀ ਕਮੇਟੀ ਚ ਨਹੀਂ ਪਾਇਆ ਗਿਆ, ਸਾਰੇ ਬੰਦੇ ਬਾਹਰੋਂ ਲਿਆਉਂਦੇ ਆ। ਬਾਹਰੋਂ ਲਿਆਉਣ ਦਾ ਮਤਲਬ ਕੀ ਹੈ ਕਿ ਵੱਡਾ ਘਰ ਇਸ਼ਾਰਾ ਕਰਦਾ ਕਿ ਫਲਾਣਾ ਫਲਾਣਾ ਬੰਦਾ ਖਰੀਦ ਦਾ ਕੰਮ ਕਰੂ, ਉਹ ਬੰਦੇ ਇੱਦਾਂ ਦੇ ਕੰਮ ਕਰਦੇ ਰਹਿੰਦੇ ਆ। ਇੱਕ ਵਾਰੀ ਉੱਥੇ ਰੌਲਾ ਪਿਆ ਸੀ ਜਾ ਕੇ ਰਮਦਾਸ ਜ਼ਮੀਨ ਦੀ ਖਰੀਦ ਦਾ, ਇੱਕ ਵਾਰੀ ਤੁਹਾਡੇ ਬਠਿੰਡੇ ਚ ਵੀ ਪਿਆ ਸੀ, ਤੇ ਬਠਿੰਡੇ ਚ ਇੱਕ ਬੜਾ ਬਦਨਾਮ ਅਕਾਲੀ ਮੰਤਰੀ ਸੀ ਉਹਦਾ ਨਾਮ ਵਿੱਚ ਆਉਂਦਾ ਸੀ, ਘੇਰਾ ਫਿਰੀ ਉਹ ਕਰ ਗਿਆ। ਇੱਦਾਂ ਹੀ ਹੋਰਨਾਂ ਥਾਵਾਂ ਤੇ ਵੀ ਪੈਂਦਾ ਰਿਹਾ, ਹੁਣ ਇੱਥੇ ਵੀ ਪੈ ਰਿਹਾ। ਇੱਥੋਂ ਵਾਲੇ ਰੌਲੇ ਦੇ ਵਿੱਚ ਨਾ ਤਾਂ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਨਾਂ ਆਉਂਦਾ, ਨਾ ਕਿਰਪਾਲ ਸਿੰਘ ਬਡੂੰਗਰ ਦਾ ਨਾਂ ਆਉਂਦਾ। ਇਹਨਾਂ ਦੋਵਾਂ ਤੋਂ ਪਹਿਲਾਂ ਦਾ ਸੌਦਾ ਹੋਇਆ ਔਰ ਇਸ ਸੌਦੇ ਚ ਲੈਣ ਦੇਣ ਦਾ ਸਾਰਾ ਜਿਹੜਾ ਦੋਸ਼ ਹੈ ਉਹ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਲੱਗਦਾ। ਅਵਤਾਰ ਸਿੰਘ ਮੱਕੜੇ ਦੇ ਬਾਰੇ ਚੁੱਪ ਉੱਠੀ ਬੈਠਾ, ਉਹ ਬੋਲਦਾ ਹੀ ਨੀ। ਉਹ ਇਸ ਵੇਲੇ ਪਟਨਾ ਸਾਹਿਬ ਦਾ ਪ੍ਰਧਾਨ ਬਣਾਤਾ, ਉਹਨੂੰ ਬਾਦਲ ਸਾਹਿਬ ਨੇ ਉੱਥੋਂ ਦੀ ਪ੍ਰਧਾਨਗੀ ਚਲਾ ਰਿਹਾ। ਤੇ ਇਹ ਸਿੱਧੀ ਜੀ ਗੱਲ ਹੈ ਕਿ ਗੁਰੂ ਸਾਹਿਬ ਦੀ ਗੋਲਕ ਜਿਹੜੀ ਆ ਜਿਹਦੇ ਚ ਲੋਕਾਂ ਦਾ ਪੂਜਾ ਦਾ ਧੰਨ ਸੀ ਉਹਨੂੰ ਕੁੰਡੀ ਲਾਈ ਗਈ ਆ, ਮਾਲ ਵਿੱਚੋਂ ਕੱਢਿਆ ਗਿਆ। ਜੀ ਪੰਨੂ ਸਾਹਿਬ, ਆਨੰਦ ਮੈਰਿਜ ਐਕਟ ਹੈ ਜਿਹੜਾ ਜੀ ਕਈ ਥਾਵਾਂ ਦੇ ਉੱਤੇ ਲਾਗੂ ਹੋ ਗਿਆ, ਹਾਲਾਂਕਿ ਫਿਰ ਵੀ ਪੰਜਾਬ ਦੇ ਲੋਕ ਤਾਂ ਹਾਲੇ ਵੀ ਆਨੰਦ ਮੈਰਿਜ ਐਕਟ ਦੇ ਤਹਿਤ ਆਪਦੇ ਵਿਆਹ ਜਿਹੜੇ ਰਜਿਸਟਰ ਨਹੀਂ ਕਰਵਾ ਰਹੇ, ਤੇ ਦੂਸਰੇ ਪਾਸੇ ਚੰਡੀਗੜ੍ਹ ਦੇ ਵਿੱਚ ਲਾਗੂ ਹੀ ਨਹੀਂ ਹੋਇਆ ਜੀ ਹਾਲੇ ਤੱਕ। ਇਹਦੇ ਚ ਸੁਖਨਾ ਤੁਹਾਨੂੰ ਮੈਂ ਦੱਸਾਂ, ਗੱਲ ਇਹ ਹੋਈ ਆ ਕਿ ਬਹੁਤ ਸਾਲਾਂ ਤੋਂ ਰੌਲਾ ਪੈਂਦਾ ਸੀ ਪਰ ਕਦੇ ਕਿਸੇ ਨੇ ਇਹ ਕੰਮ ਕੀਤਾ ਨਹੀਂ। ਪਹਿਲਾਂ ਸਿੱਖ ਪ੍ਰਧਾਨ ਮੰਤਰੀ ਸੀ ਮਨਮੋਹਨ ਸਿੰਘ ਜੀ, ਉਹਦੇ ਵੇਲੇ ਪਾਰਲੀਮੈਂਟ ਦੇ ਵਿੱਚੋਂ ਇਹ ਐਕਟ ਪਾਸ ਕੀਤਾ ਗਿਆ, ਉਦੋਂ ਪਹਿਲਾਂ ਕਿਸੇ ਨੇ ਨੀ ਕੀਤਾ, 2012 ਚ ਹੋਇਆ। ਜਦੋਂ ਜਿੰਨੇ ਵੀ ਐਕਟ ਪਾਸ ਹੁੰਦੇ ਆ, ਭਾਰਤ ਸਰਕਾਰ ਕੋਈ ਵੀ ਐਕਟ ਪਾਸ ਕਰ ਦੇਵੇ, ਜਦੋਂ ਸੂਬਿਆਂ ਚ ਲਾਗੂ ਹੋਣਾ ਤੇ ਉਹਨਾਂ ਸੂਬਿਆਂ ਚ ਲਾਗੂ ਹੋਣਾ ਜਿਹੜੇ ਉਹਨੂੰ ਨੋਟੀਫਾਈ ਕਰਨਗੇ, ਜਿਹੜੇ ਸੂਬੇ ਨੇ ਨੋਟੀਫਾਈ ਨਾ ਕੀਤਾ ਉੱਥੇ ਉਹ ਐਕਟ ਲਾਗੂ ਨਹੀਂ ਹੁੰਦਾ। ਆ ਜੀ ਐਸ ਟੀ ਕਾਨੂੰਨ ਵੀ ਬਣਿਆ, ਨਾਲ ਨਾਲ ਦੱਸੀ ਜਾਂਦੇ ਜੀ ਫਲਾਣੇ ਸੂਬੇ ਨੇ ਵੀ ਨੋਟੀਫਾਈ ਕਰਤਾ, ਫਲਾਣੇ ਵੀ ਕਰਤਾ। ਜਿਨ੍ਹਾਂ ਨੇ ਅਜੇ ਤੱਕ ਨੋਟੀਫਾਈ ਨਹੀਂ ਕੀਤਾ, ਉੱਥੇ ਕੱਲ ਜੇ ਕੋਈ ਅਦਾਲਤ ਵਿੱਚ ਚੱਲ ਜਾਵੇ ਕਿ ਸਰਕਾਰ ਨੇ ਨੋਟੀਫਾਈ ਨਹੀਂ ਕੀਤਾ ਤੇ ਜੀ ਐਸ ਟੀ ਕਿੱਦਾਂ ਕੱਟਦੇ ਆ, ਜੀ ਐਸ ਟੀ ਵਾਪਸ ਦੇਣੀ ਪੈ ਸਕਦੀ ਆ। ਇਸੇ ਤਰ੍ਹਾਂ ਹੀ ਜਿਹੜਾ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਪਾਸ ਕਰ ਦਿੱਤਾ ਆਨੰਦ ਮੈਰਿਜ ਐਕਟ, ਉਹਨੂੰ ਅੱਗੋਂ ਸਟੇਟ ਗੌਰਮੈਂਟਾਂ ਨੇ ਆਪੋ ਆਪਣੀ ਥਾਂ ਨੋਟੀਫਾਈ ਕਰਨਾ ਸੀ। ਜੀ 2 ਸਾਲਾਂ ਬਾਅਦ 2014 ਦੇ ਵਿੱਚ ਹਰਿਆਣੇ ਦੀ ਸਰਕਾਰ ਨੇ ਨੋਟੀਫਾਈ ਕਰ ਦਿੱਤਾ। ਜੀ ਜਦੋਂ ਹਰਿਆਣੇ ਦੀ ਸਰਕਾਰ ਨੇ ਨੋਟੀਫਾਈ ਕਰ ਦਿੱਤਾ, ਉਹਦੇ ਤੋਂ ਬਾਅਦ ਫਿਰ ਰੌਲਾ ਪਿਆ ਕਿ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ, ਉਦੋਂ ਤੇ ਅਕਾਲੀ ਕਹਿੰਦੇ ਆਨੰਦ ਮੈਰਿਜ ਐਕਟ ਲਾਗੂ ਹੋਣਾ ਚਾਹੀਦਾ ਤੇ ਆਪ ਇਹ ਨੋਟੀਫਾਈ ਕਿਉਂ ਨੀ ਕਰਦੇ। ਜੀ ਫਿਰ ਇਹਨਾਂ ਤੇ ਪ੍ਰੈਸ਼ਰ ਵਧਿਆ,
ਪਰ ਪਤਾ ਨੀ ਇਹਦੇ ਚ ਵਰਚਨ ਕੀ ਸੀ, ਸ਼ਾਇਦ ਬੀਜੇਪੀ ਵਾਲਿਆਂ ਦਾ ਦਬਾਅ ਸੀ ਕਿ ਆਪਾਂ ਨਹੀਂ ਕਰਨਾ ਜੀ, ਇਹ ਲਟਕਾਉਂਦੇ ਗਏ ਤੇ 2016 ਚ ਜਾ ਕੇ ਇਹਨਾਂ ਨੇ ਉਦੋਂ ਇਹਦੇ ਰੂਲ ਜਿਹੜੇ ਆ ਉਹਦਾ ਨੋਟੀਫਿਕੇਸ਼ਨ ਜਾਰੀ ਕੀਤਾ ਜੀ, ਜਦੋਂ ਸਰਕਾਰ ਦਾ ਭੋਗ ਪੈਣ ਲੱਗਾ ਸੀ, ਚੋਣਾਂ ਦਾ ਐਲਾਨ ਹੁੰਦਾ ਪਿਆ ਸੀ ਜੀ, ਇਹ ਕਰਕੇ ਚਲੇ ਗਏ, ਨੋਟੀਫਾਈ ਹੋ ਗਿਆ, ਅੱਗੋਂ ਲਾਗੂ ਹੋਣਾ ਸੀ, ਕਿਸੇ ਨੇ ਵੇਖਿਆ ਨੀ, ਢੰਗ ਨਾਲ ਪ੍ਰਚਾਰ ਨੀ ਕੀਤਾ। ਹੁਣ ਲੋਕੀ ਜਾਂਦੇ ਆ ਤਹਿਸੀਲ ਦੇ ਵਿਚ ਆਪਣੀ ਮੈਰਿਜ ਰਜਿਸਟਰ ਕਰਾਉਣ ਵਾਸਤੇ ਜੀ, ਤਹਿਸੀਲ ਦਫ਼ਤਰ ਜਿਹੜਾ ਰਜਿਸਟਰ ਆ ਉਹ ਕਹਿੰਦਾ ਕਿ ਫਲਾਣ ਫਲਾਣ ਥਾਂ ਤੇ ਦੋ ਤਿੰਨ ਕੰਪਿਊਟਰਾਂ ਵਾਲੇ ਹੈਗੇ, ਉਹਨਾਂ ਕੋਲ ਪਰਫਾਰਮਾ ਜਾ ਕੇ ਫਾਈਲ ਆਪਣੀ ਬਣਾ ਲਿਓ, ਰਜਿਸਟਰ ਕਰ ਦਿੰਦੇ ਆ ਜੀ। ਜਿਹੜੇ ਉੱਥੇ ਪਰਫਾਰਮੇ ਬਣਾਉਣ ਵਾਲੇ ਆ, ਮੈਰਿਜ ਰਜਿਸਟਰ ਕਰਨ ਵਾਲੇ, ਉਹ ਅੱਗੋਂ ਗਿਆ ਤੋਂ ਕਹਿੰਦੇ ਜੀ ਸਾਨੂੰ ਨੀ ਜਾ ਪਤਾ ਤੁਹਾਡੇ ਆਨੰਦ ਬਾਰੇ, ਕਦੇ ਪੜ੍ਹੇ ਨੀ ਜੀ, ਸਾਡੇ ਕੋਲ ਬਣਿਆ ਪਿਆ, ਤੁਸੀਂ ਵਿਆਹ ਰਜਿਸਟਰ ਕਰਾਉਣਾ, ਤੁਸੀਂ ਪੌੜਾ ਛੱਡੋ, ਆਈ ਫਾਈਲ ਬਣਾ ਦਿੰਦੇ, ਜਾਓ ਜਾ ਕੇ ਕਰਾ ਲਓ। ਲੋਕੀ ਵੀ ਉਸ ਵਕਤ ਕੰਮ ਕਰਾਉਣ ਦੇ ਮੂਡ ਚ ਹੁੰਦੇ, ਉਹ ਕਹਿੰਦੇ ਜੀ ਕਰ ਦਿਓ, ਆਨੰਦ ਮੈਰਿਜ ਐਕਟ ਦੀ ਫਾਈਲ ਬਣਦੀ ਆ, ਜਾ ਕੇ ਰਜਿਸਟਰ ਤੋਂ ਦਸਖਤ ਕਰਾਉਂਦੇ ਆ, ਦੋਵੇਂ ਜੀ ਕੋਲ ਬੈਠ ਕੇ ਫੋਟੋ ਖਿਚਾਉਂਦੇ ਆ ਜੀ, ਸਰਟੀਫਿਕੇਟ ਮਿਲ ਜਾਂਦਾ। ਹੁਣ 1.5-2 ਸਾਲ ਹੋ ਗਏ ਪੰਜਾਬ ਚ ਨੋਟੀਫਾਈ ਹੋਏ ਨੂੰ, ਅਜੇ ਤੱਕ ਸਾਰੇ ਪੰਜਾਬ ਚ ਰਲਾ ਕੇ 100 ਕੇਸ ਨਹੀਂ ਗਏ ਜਿੱਥੇ ਲੋਕਾਂ ਨੇ ਆਨੰਦ ਮੈਰਿਜ ਐਕਟ ਦੇ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਾਈ ਹੋਵੇ, ਲੋਕਾਂ ਨੂੰ ਪਤਾ ਹੀ ਨਹੀਂ, ਕਿਸੇ ਨੇ ਪ੍ਰਚਾਰ ਨਹੀਂ ਕੀਤਾ। ਇਹਦੇ ਦੌਰਾਨ ਕੇਸ ਆ ਗਿਆ ਚੰਡੀਗੜ੍ਹ ਦਾ, ਇੱਕ ਵਕੀਲ ਹੈ ਨਵਰਤਨ ਸਿੰਘ, ਨੌਜਵਾਨ, ਉਹ ਕਹਿੰਦਾ ਜੀ ਪਿਛਲੇ ਸਾਲ 2017 ਚ ਮੈਂ ਕਰਾਇਆ ਵਿਆਹ, ਗੁਰਦੁਆਰੇ ਜਾ ਕੇ ਕਰਾਇਆ ਤੇ ਭਾਈ ਸਾਹਿਬ ਨੇ ਮੈਨੂੰ ਸਰਟੀਫਿਕੇਟ ਦੇ ਦਿੱਤਾ, ਮੈਂ ਉਹ ਸਰਟੀਫਿਕੇਟ ਲੈ ਕੇ ਗਿਆ ਐਡਮਿਨਿਸਟ੍ਰੇਸ਼ਨ ਦੇ ਕੋਲ ਕਿ ਮੇਰਾ ਵਿਆਹ ਹੋਇਆ, ਆਨੰਦ ਕਾਰਜ ਕੀਤਾ, ਲਾਵਾਂ ਲਈਆਂ ਨੇ, ਰਜਿਸਟਰ ਕਰ ਦਿਓ ਜੀ ਆਨੰਦ ਮੈਰਿਜ ਐਕਟ ਦੇ ਅੰਡਰ। ਉਹ ਅੱਗੋਂ ਕਹਿੰਦੇ ਜੀ ਹਿੰਦੂ ਮੈਰਿਜ ਐਕਟ ਹੋ ਸਕਦਾ, ਆਨੰਦ ਮੈਰਿਜ ਐਕਟ ਦੇ ਅੰਦਰ ਅਸੀਂ ਰਜਿਸਟਰ ਨਹੀਂ ਕਰ ਸਕਦੇ। ਇਹਨੇ ਪੁੱਛਿਆ ਕਿਉਂ ਜੀ, ਉਹ ਕਹਿੰਦੇ ਜੀ ਇੱਥੇ ਜੀ ਨੋਟੀਫਾਈ ਨਹੀਂ ਹੋਇਆ। ਉਹਨੇ ਕਿਹਾ ਨੋਟੀਫਾਈ ਕਰ ਦਿਓ, ਤੇ ਉਹ ਕਹਿੰਦੇ ਜੀ ਉਹਦੇ ਵਾਸਤੇ ਨਾ ਰੂਲ ਐਂਡ ਰੈਗੂਲੇਸ਼ਨ ਬਣਾਉਣੇ ਪੈਂਦੇ, ਉਹ ਪਾਸ ਕਰਨੇ ਪੈਂਦੇ ਆ, ਸਾਡੇ ਅਜੇ ਬਣੇ। ਉਹ ਕਹਿੰਦਾ ਜਦੋਂ 2012 ਚ ਬਣ ਗਿਆ, 2014 ਚ ਹਰਿਆਣੇ ਬਣਿਆ ਕਰਤੇ, 2016 ਚ ਪੰਜਾਬ ਬਣਿਆ ਕਰਤੇ, ਤੁਸੀਂ ਉਹਨਾਂ ਦੀ ਕਾਪੀ ਲੈ ਕੇ ਕਰ ਦਿਓ। ਹੁਣ ਚੰਡੀਗੜ੍ਹ ਚ ਸਰਕਾਰ ਤੇ ਹੈ ਕੋਈ ਨੀ ਜੀ, ਸਿੱਧੇ ਤੌਰ ਤੇ ਸੈਂਟਰ ਗੌਰਮੈਂਟ ਦੇ ਅੰਡਰ ਹੈ, ਉਹ ਕਰਨ ਨੂੰ ਤਿਆਰ ਨਹੀਂ ਸੀ। ਤੇ ਉਹਨੇ ਨਵਰਤਨ ਸਿੰਘ ਨੇ ਜਾ ਕੇ ਹਾਈਕੋਰਟ ਚ ਕੇਸ ਕਰਤਾ ਕਿ ਅਸੀਂ ਸਿੱਖਾਂ ਨੇ ਲੜ ਲੜ ਕੇ ਆਪਣੇ ਵਾਸਤੇ ਆਨੰਦ ਮੈਰਿਜ ਐਕਟ ਮਨਾਇਆ ਜੀ, ਮੰਨੇ ਜਾਣ ਤੋਂ ਬਾਅਦ ਵੀ ਲਾਗੂ ਨਹੀਂ ਕੀਤਾ ਜਾ ਰਿਹਾ, ਸਾਡੀ ਮੈਰਿਜ ਰਜਿਸਟਰ ਕਿੱਦਾਂ ਨਹੀਂ ਹੋ ਰਹੀ। ਹਾਈ ਕੋਰਟ ਨੇ ਇਹਦੇ ਉੱਤੇ ਨੋਟਿਸ ਜਾਰੀ ਕੀਤਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ, ਵੇਖੋ ਉਹਨਾਂ ਦਾ ਕੀ ਜਵਾਬ ਹੋਗਾ ਜੀ। ਤੇ ਜਿਹੜੇ ਲਾਏ ਸੀਗੇ ਜੀ ਸੁਰੇਸ਼ ਕੁਮਾਰ ਹੋਰੇ, ਉੱਚਾ ਅਹੁਦਾ ਉਹਨਾਂ ਨੂੰ ਨਸੀਬ ਹੋ ਗਿਆ ਸੀ, ਤੇ ਹੁਣ ਅਸਤੀਫਾ ਦੇ ਗਏ ਨੇ, ਕਹਿੰਦੇ ਚੁੱਪ ਚਪੀਤੇ ਦੇ ਗਏ ਅਸਤੀਫਾ ਜੀ। ਮੈਂ ਸੁਰੇਸ਼ ਕੁਮਾਰ ਨੂੰ ਜਾਣਦਾ ਉਦੋਂ ਦਾ ਜਦੋਂ 1987-88 ਚ ਉਹ ਯੰਗ ਮੈਨ ਦੇ ਤੌਰ ਤੇ ISFC ਬਣ ਕੇ ਪੰਜਾਬ ਕੇਡਰ ਚ ਆਇਆ ਸੀ ਜੀ। ਜਿਹੜੇ ਲੋਕ ਆਏ ਸਨ ਪੰਜਾਬ ਕੇਡਰ ਚ, ਉਹਨਾਂ ਦੇ ਵਿਚੋਂ 4-5 ਜਾਣੇ ਸੀ ਜਿਹੜੇ ਬਹੁਤ ਇਮਾਨਦਾਰ ਸੀ, ਬਾਕੀ ਬਦਲ ਗਏ। ਇਹ 2 ਜਾਣੇ ਸੀ ਜਿਨ੍ਹਾਂ ਨੇ ਅਜੇ ਤੱਕ ਹੱਥ ਰੱਖਿਆ ਤੇ ਇਹਨਾਂ ਦੇ ਉੱਤੇ ਅੱਜ ਤੱਕ ਦੋਸ਼ ਨਹੀਂ ਲੱਗਾ ਕਿ ਕਿਤੇ ਇੱਕ ਪੈਸਾ ਵੀ ਖਾਧਾ ਹੋਵੇ। ਸੁਰੇਸ਼ ਕੁਮਾਰ ਉਹਨਾਂ ਚੋਂ ਜੀ, ਸਰਕਾਰ ਬਾਦਲ ਦੀ ਹੋਵੇ ਤੇ ਸਭ ਤੋਂ ਵੱਧ ਜਿੰਮੇਵਾਰੀ ਦਾ ਕੰਮ ਇਹਦੇ ਜਿੰਮੇ ਪਾਉਂਦੇ ਸੀ। ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਹੋਵੇ ਤੇ ਸਭ ਤੋਂ ਵੱਧ ਜਿੰਮੇਵਾਰੀ ਇਹਦੇ ਸਿਰ ਪਾਈ ਜਾਂਦੀ ਸੀ ਜੀ। ਰਿਟਾਇਰ ਹੋ ਗਿਆ ਬਾਦਲ ਸਾਹਿਬ ਦੇ ਵੇਲੇ, ਕੈਪਟਨ ਅਮਰਿੰਦਰ ਸਿੰਘ ਨੇ ਆ ਕੇ ਤੇ ਇਹਨੂੰ ਸੱਦਿਆ ਤੇ ਸੱਦ ਕੇ ਚੀਫ ਪ੍ਰਿੰਸੀਪਲ ਸੈਕਟਰੀ ਬਣਾ ਕੇ ਆਪਣੇ ਨਾਲ ਲਾ ਲਿਆ ਜੀ। ਇੱਥੇ ਜਿਹੜੇ ਅਫਸਰ ਨੇ ਉਹ ਸਾਰੇ ਸਮਝਦੇ ਆ ਕਿ ਸਰਕਾਰ ਵਿਚ ਸਭ ਤੋਂ ਵੱਡਾ ਹੁੰਦਾ ਚੀਫ ਮਿਨਿਸਟਰ ਤੇ ਐਡਮਿਨਿਸਟ੍ਰੇਸ਼ਨ ਸਭ ਤੋਂ ਵੱਡਾ ਹੁੰਦਾ ਚੀਫ ਸੈਕਟਰੀ। ਅਸੀਂ ਕੱਲ ਨੂੰ ਚੀਫ ਸੈਕਟਰੀ ਬਣਨਾ ਸੀ, ਜੇ ਚੀਫ ਪ੍ਰਿੰਸੀਪਲ ਸੈਕਟਰੀ ਬਣ ਕੇ ਸਾਡੇ ਉੱਤੇ ਬੈਠਾ ਰਹੇ ਤੇ ਅਸੀਂ ਚੀਫ ਸੈਕਟਰੀ ਕਾਹਦੇ। ਅੰਦਰੇ ਅੰਦਰ ਢਾਹ ਲਾਉਣੀ ਸ਼ੁਰੂ ਕਰ ਦਿੱਤੀ ਗਈ। ਸੁਰੇਸ਼ ਕੁਮਾਰ ਨੇ ਅਹੁਦਾ ਮੰਗਿਆ ਨਹੀਂ ਸੀ, ਉਹਨੂੰ ਅਹੁਦਾ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਸੀ। ਜਦੋਂ ਨਵੰਬਰ ਦੇ ਵਿਚ ਉਹਦੇ ਖਿਲਾਫ਼ ਸ਼ਿਕਾਇਤ ਹਾਈਕੋਰਟ ਚਲੀ ਗਈ ਤੇ ਉਹਨੂੰ ਇਹ ਵੀ ਪਤਾ ਲੱਗ ਗਿਆ ਕਿ ਸ਼ਿਕਾਇਤ ਕਰਨ ਵਾਲੇ ਬੰਦੇ ਸਰਕਾਰ ਦੇ ਵਿਚ ਬੈਠੇ, ਉਹਨੇ ਅਸਤੀਫਾ ਦਿੱਤਾ ਤੇ ਆਪਣੇ ਘਰ ਬਹਿ ਕੇ ਕਹਿੰਦਾ ਜੀ ਮੈਂ ਨੀ ਜਾਣਾ, ਤੁਸੀਂ ਕਰਾ ਲਓ ਜਿੱਥੋਂ ਕੰਮ ਕਰਾਉਣਾ ਜੀ। ਮੁੱਖ ਮੰਤਰੀ ਉਹਨੂੰ ਘਰ ਮਨਾਉਣ ਵਾਸਤੇ ਗਿਆ ਕਿ ਤੁਹਾਡੇ ਬਿਨਾਂ ਸਰਦਾ ਨੀ ਗਾ, ਤੁਸੀਂ ਉੱਥੇ ਆਓ, ਦਫ਼ਤਰ ਬੈਠੋ, ਏਦਾਂ ਨਾ ਕਰੋ। ਉਹਨਾਂ ਦੇ ਕਹਿਣ ਤੇ ਚਲੇ ਗਏ। ਹੁਣ ਜਦੋਂ ਫੈਸਲਾ ਆਇਆ ਤੇ ਹਾਈਕੋਰਟ ਨੇ ਕਹਿਤਾ ਕਿ ਇਹ ਗਲਤ ਹੋਇਆ ਤੇ ਉਹਨੇ ਇੱਕ ਪਲ ਨੀ ਰਹਿ, ਫੋਨ ਵੀ ਨੀ ਕੀਤਾ, ਈਮੇਲ ਕਰਤੀ ਜੀ ਹਾਈਕੋਰਟ ਦਾ ਫੈਸਲਾ ਆ ਗਿਆ, ਮੈਂ ਚਾਰਜ ਛੱਡ ਰਿਹਾ ਜੀ। ਚਾਰਜ ਛੱਡਿਆ, ਬੈਠੇ ਬੈਠੇ ਤੇ ਘਰ ਗਿਆ, ਟਿਕਟਾਂ ਲਈਆਂ, ਬੱਚਿਆਂ ਨੂੰ ਨਾਲ ਲੈ ਕੇ ਇੱਕ ਹਫ਼ਤੇ ਛੁੱਟੀ ਮਨਾਉਣ ਵਾਸਤੇ ਜਾਪਾਨ ਚਲਾ ਗਿਆ, ਜਾਓ ਜੋ ਕਰਨਾ ਕਰਦੇ ਹੋ। ਉਹਦਾ ਤੇ ਆਪਣਾ ਹਿੱਤ ਹੈ ਹੀ ਨੀ ਸੀ, ਇਹਨਾਂ ਨੇ ਲਿਆ ਕੇ ਉਹਨੂੰ ਵੱਧ ਵਧ ਲਾਇਆ ਸੀ ਲੱਗ ਗਏ ਜੀ। ਹੁਣ ਦੂਸਰੇ ਪੱਖ ਤੋਂ ਵੇਖੀਏ,
ਕਿ ਦੂਜੀਆਂ ਸਰਕਾਰਾਂ ਨੇ ਨਹੀਂ ਲਾਇਆ, ਇਕੱਲੇ ਇਸੇ ਨੇ ਲਾਇਆ ਸੀ। ਸੁਰੇਸ਼ ਕੁਮਾਰ ਨੂੰ ਦਾਗੀ ਕਰਨ ਦਾ ਯਤਨ ਕੀਤਾ ਗਿਆ, ਜਿਹੜਾ ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਪ੍ਰਿੰਸੀਪਲ ਸੈਕਟਰੀ ਲੱਗਾ, ਉਹ ਵੀ ਪਹਿਲਾਂ ਇੱਕ ਬਹੁਤ ਵੱਡੀ ਅਥਾਰਟੀ ਦਾ ਡਾਕਟਰ ਮਨਮੋਹਨ ਸਿੰਘ ਦੇ ਵੇਲੇ ਹੈੱਡ ਹੁੰਦਾ ਸੀ ਜੀ, ਤੇ ਉਹਦੇ ਸਰਵਿਸ ਰੂਲ ਵਿੱਚ ਸੀਗਾ ਕਿ ਰਿਟਾਇਰਮੈਂਟ ਤੋਂ ਇੰਨੇ ਸਾਲਾਂ ਤੱਕ ਕਿਸੇ ਕਿਸਮ ਦੀ ਕਿਸੇ ਸਰਕਾਰੀ ਨੌਕਰੀ ਤੇ ਕਿਸੇ ਚੇਅਰਮੈਨੀ ਤੇ ਨਹੀਂ ਜਾ ਸਕਦਾ ਜੀ। ਮੋਦੀ ਸਾਹਿਬ ਆਏ, ਇਹਨਾਂ ਨੇ ਰੂਲ ਅਮੈਂਡ ਕਰਕੇ ਤੇ ਉਸ ਬੰਦੇ ਨੂੰ ਆਪਣੇ ਨਾਲ ਲਾ ਲਿਆ, ਜੇ ਉੱਥੇ ਲਿਆ ਜਾ ਸਕਦਾ ਪੰਜਾਬ ਚ ਕਿਉਂ ਨੀ ਲੱਗ ਸਕਦਾ। ਇੱਕ ਤੁਹਾਨੂੰ ਹੋਰ ਦੱਸਾਂ, ਜਦੋਂ ਬਾਦਲ ਸਾਹਿਬ 2007 ਵਿੱਚ ਮੁੱਖ ਮੰਤਰੀ ਬਣੇ ਚੌਥੀ ਵਾਰ ਜੀ, ਫਿਰ 2012 ਚ ਪੰਜਵੀਂ ਵਾਰ ਵੀ ਬਣ ਗਏ, ਜਦੋਂ 2007 ਚ ਚੌਥੀ ਵਾਰ ਬਣੇ ਸੀ, ਇਹਨਾਂ ਪੱਛਮੀ ਬੰਗਾਲ ਤੋਂ ਇੱਕ ਪੰਜਾਬੀ ਅਫਸਰ ਸੀ, ਆਈ ਐਸ ਅਫਸਰ ਉੱਥੇ ਲੱਗਾ, ਉਹਨੂੰ ਉੱਥੋਂ ਪੁੱਟ ਕੇ ਲਿਆਂਦਾ ਕਿ ਮੈਨੂੰ ਤੇਰੀ ਲੋੜ ਹੈ ਪੰਜਾਬ ਚ, ਬੰਦਾ ਇਹਨਾਂ ਦਾ ਸੀ ਆ ਗਿਆ। ਜਦੋਂ ਏਦਾਂ ਡੈਪੂਟੇਸ਼ਨ ਤੇ ਆਉਣਾ ਹੋਵੇ ਤੇ ਪਹਿਲਾਂ ਉਹ ਅਪਲਾਈ ਕਰਦਾ, ਜਾਂ ਇਧਰਲੀ ਸਰਕਾਰ ਕਹਿੰਦੀ ਹੈ ਜੀ ਇਹ ਬੰਦਾ ਸਾਨੂੰ ਚਾਹੀਦਾ ਜੀ, ਜਿਹੜੀ ਸਰਕਾਰ ਦੇ ਕੋਲ ਬੰਦਾ ਹੋਵੇ ਉਹਦੀ ਮਰਜ਼ੀ ਇਸ ਰਿਕੁਐਸਟ ਨੂੰ ਮੰਨੇ, ਨਹੀਂ ਮਰਜ਼ੀ ਨਾ ਮੰਨੇ, ਫਿਰ ਉਹਦੀ ਜੇ ਉਹਦੀ ਮਨਜ਼ੂਰੀ ਮਿਲ ਜਾਵੇ ਤੇ ਫਿਰ ਉਸ ਬੰਦੇ ਬਾਰੇ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਕਿ ਆ ਕੇਂਦਰੀ ਸਰਵਿਸ ਦਾ ਬੰਦਾ ਜਿਹੜਾ ਫਲਾਨੀ ਸਟੇਟ ਗੌਰਮੈਂਟ ਸੀ ਉਥੋਂ ਫਲਾਨੀ ਸਟੇਟ ਗੌਰਮੈਂਟ ਲੈਣਾ ਚਾਹੁੰਦੀ, ਉਸ ਬੰਦੇ ਨੂੰ ਬੰਗਾਲ ਤੋਂ ਲਿਆਂਦਾ ਜੀ, ਨਾ ਉਹਨੂੰ ਬੰਗਾਲ ਦੀ ਸਰਕਾਰ ਨੇ ਮਨਜ਼ੂਰੀ ਦਿੱਤੀ, ਨਾ ਉਹਨੂੰ ਕੇਂਦਰ ਸਰਕਾਰ ਨੇ ਮਨਜ਼ੂਰੀ ਦਿੱਤੀ, ਇੱਥੇ ਲਿਆ ਕੇ ਸਿੱਧਾ ਲਾ ਲਿਆ। ਫਿਰ ਉਹਨੂੰ ਤਨਖਾਹ ਦੇਣ ਦਾ ਸਵਾਲ ਸੀ, ਜਿੱਥੋਂ ਆਇਆ ਉਥੋਂ ਲਾਸਟ ਸੈਲਰੀ ਸਰਟੀਫਿਕੇਟ ਚਾਹੀਦਾ ਸੀ, ਉਹਦਾ ਕੋਈ ਨੀ ਹੈ, ਇੱਥੇ ਉਹਨੂੰ ਬਗੈਰ ਸੈਲਰੀ ਸਰਟੀਫਿਕੇਟ ਤੋਂ ਹੀ ਉਹਦੀ ਪੁੱਛ ਕੇ ਵੀ ਤੇਰੀ ਕਿੰਨੀ ਤਨਖਾਹ ਬਣਦੀ ਆ, ਆਪੇ ਦੇਣੀ ਸ਼ੁਰੂ ਕਰ ਦਿੱਤੀ ਗਈ। ਆਡਿਟ ਦੇ ਓਬਜੈਕਸ਼ਨ ਲੱਗੇ ਤੇ ਓਬਜੈਕਸ਼ਨ ਦੀਆਂ ਫਾਈਲਾਂ ਹੀ ਗੁੰਮ ਕਰ ਤੂੰ ਜੀ। ਜਦੋਂ ਅਮਰਿੰਦਰ ਸਿੰਘ ਦੀ ਸਰਕਾਰ ਆਈ ਤੇ ਇਹਨੇ ਆਖਿਆ ਕਿ ਤੂੰ ਤਾਂ ਦੌੜ ਜਾ ਬਿਸਤਰਾ ਆਪਣਾ ਬੰਨ ਕੇ, ਤੇਰੀ ਤੇ ਗੈਰ ਕਾਨੂੰਨੀ ਅਪੁਆਇੰਟਮੈਂਟ ਆ ਪੰਜਾਬ ਚ, ਤੇਰੀ ਪੋਸਟ ਹੀ ਪੰਜਾਬ ਚ ਨਹੀਂ, ਤੂੰ ਇੱਥੇ ਕਰਦਾ, ਨਾ ਤੈਨੂੰ ਬਗਾਲ ਵਾਲਿਆਂ ਭੇਜਿਆ ਨਾ ਤੈਨੂੰ ਕੇਂਦਰ ਵਾਲਿਆਂ ਨੇ ਰੱਖਿਆ ਇੱਥੇ ਜੀ। ਮੁੜ ਕੇ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਖਿਆ ਇਹਦੀ ਫਾਈਲ ਕੱਢੋ, ਕਿਹੜੇ ਬੇਸ ਤੇ ਉੱਥੇ ਜਾਂਦਾ ਗਿਆ, ਲੈ ਸਾਲ ਹੋ ਗਿਆ ਅਜੇ ਤੱਕ ਉਹਦੀ ਫਾਈਲ ਹੀ ਨੀ ਲੱਭਦੀ, ਕਿਉਂਕਿ ਜਿਨ੍ਹਾਂ ਨੇ ਲਾਇਆ ਸੀ ਉਹ ਜਾਣ ਲੱਗਿਆ ਫਾਈਲ ਕਿੱਥੇ ਰੱਖ ਗਿਆ, ਕਿਸੇ ਨੂੰ ਪਤਾ ਹੀ ਨਹੀਂ, ਉਹਦੀ ਫਾਈਲ ਨੀ ਅਜੇ ਤੱਕ ਲੱਭ ਰਹੀ ਉਹਨੂੰ ਉੱਥੇ ਕਿਉਂ ਲਾਇਆ ਸੀ ਜੀ। ਪਰ ਉਹਦੇ ਖਿਲਾਫ਼ ਕੋਈ ਸ਼ਿਕਾਇਤ ਨੀ ਗੀ, ਤੇ ਅਕਾਲੀ ਕਹਿੰਦੇ ਆ ਜੀ ਸੁਰੇਸ਼ ਕੁਮਾਰ ਦੇ ਸਵਾਲ ਦੇ ਉੱਤੇ ਅਮਰਿੰਦਰ ਸਿੰਘ ਨੇ ਗਲਤ ਕੀਤਾ ਸੀ, ਇਸ ਕਰਕੇ ਅਮਰਿੰਦਰ ਸਿੰਘ ਦੀ ਬੇਇੱਜ਼ਤੀ ਹੋ ਗਈ ਜੀ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਹਿੰਦੇ ਜੇ ਛੱਡੇ ਨੇ ਆਉਣਾ ਅਕਾਲ ਤਖ਼ਤ ਤੇ ਪੇਸ਼ ਹੋਣਾ, ਕਹਿੰਦੇ ਫਿਰ ਸਾਰੇ ਅਹੁਦੇ ਤੇ ਫੀਤੀਆਂ ਉਤਾਰ ਕੇ ਆਵੇ। ਇਹ ਦੇਖੋ ਜਿਹੜਾ ਛੱਡਾ ਹੈ ਉਹ ਪਹਿਲਾਂ ਤਾਂ ਫਸਿਆ ਸੀਗਾ ਉਸ ਸੀਡੀ ਵਾਲੇ ਸਕੈਂਡਲ ਚ ਜੀ, ਉਹਦੇ ਤੋਂ ਬਾਅਦ ਕਰਪਸ਼ਨ ਦੀਆਂ ਗੱਲਾਂ ਵੀ ਚੱਲਣ ਲੱਗ ਪਈਆਂ, ਫਿਰ ਇਹ ਵੀ ਪਤਾ ਲੱਗ ਗਿਆ ਕਿ ਜਿਹੜੀ ਸੰਸਥਾ ਨੂੰ ਇਹ ਸਿੱਖਾਂ ਦੀ ਸੰਸਥਾ ਆਖੀ ਜਾਂਦੇ ਨੇ, ਹੁਣ ਸਿੱਖਾਂ ਦੀ ਸੰਸਥਾ ਨਹੀਂ ਇੱਕ ਗਰੁੱਪ ਦੀ, ਔਰ ਗਰੁੱਪ ਵਿੱਚੋਂ ਵੀ ਕੁਛ ਟੱਬਰਾਂ ਦੀ ਸੰਸਥਾ ਬਣ ਗਈ ਜੀ। ਚੱਡਾ ਜਿਹੜਾ ਉਹਨੇ ਆਪਣੇ ਘਰ ਦੇ ਜੀ ਆਪਣੇ ਰਿਸ਼ਤੇਦਾਰ ਇੰਨੇ ਸਾਰੇ ਉਹ ਚ ਭਰਤੀ ਕੀਤੀ, ਅੱਡ ਅੱਡ ਥਾਵਾਂ ਤੇ ਕੋਈ ਪ੍ਰਧਾਨ ਕੋਈ ਸੈਕਟਰੀ ਕੋਈ ਮੈਨੇਜਰ ਲਾਏ ਹੋਏ ਆ ਤੇ ਮੌਜਾਂ ਹੀ ਮੌਜਾਂ, ਬਾਕੀ ਸਾਰੇ ਇੱਥੇ ਚਿੜਦੇ ਸੀ। ਜਦੋਂ ਸੀ ਡੀ ਆਈ ਬਾਹਰ ਉਹਨਾਂ ਨੇ ਕਰਕੇ ਮੀਟਿੰਗ ਤੇ ਇਸ ਥਾਂ ਤੇ ਐਕਟਿੰਗ ਪ੍ਰਧਾਨ ਲਾ ਲਿਆ, ਇਹ ਭਗੌੜਾ ਹੋਇਆ ਸੀ ਫਰੇਸ਼ ਨਹੀਂ ਸੀ ਹੁੰਦਾ। ਜਦੋਂ ਇਹਦੇ ਪੁੱਤ ਨੇ ਖੁਦਕੁਸ਼ੀ ਕਰ ਲਈ, ਇਹਨੇ ਅਦਾਲਤ ਵਿੱਚ ਜਾ ਕੇ ਅਰਜੀ ਦਿੱਤੀ ਕਿ ਮੈਂ ਸੰਸਕਾਰ ਤੇ ਜਾਣਾ ਤੇ ਅਦਾਲਤ ਨੇ ਇਹਨੂੰ ਕੱਚੀ ਜ਼ਮਾਨਤ ਦੇ ਦਿੱਤੀ ਜੀ, ਉਹ ਜ਼ਮਾਨਤ ਬਾਅਦ ਚ ਪੱਕੀ ਵੀ ਹੋ ਗਈ। ਚੀਫ ਜਸਟਿਸ ਵਨ ਦੇ ਅੰਦਰ ਇੱਕ ਸੈਂਟਰ ਖਾਲਸਾ ਯਤੀਮਖਾਨਾ ਚੱਲਦਾ, ਇਹਨੇ ਉੱਥੇ ਲੰਗਰ ਲਾਇਆ ਆਪਣੇ ਪੁੱਤ ਦੀ ਯਾਦ ਚ, ਤੇ ਉਹ ਸੈਂਟਰ ਖਾਲਸਾ ਯਤੀਮਖਾਨੇ ਦਾ ਜਿਹੜਾ ਮੁੱਖ ਪ੍ਰਬੰਧਕ ਹੈ ਉਹ ਇਹਦਾ ਰਿਸ਼ਤੇਦਾਰ ਆ ਜੀ, ਇਹਦਾ ਆਪਣਾ ਖਾਸ ਬੰਦਾ, ਉਹਨੂੰ ਇਹਨੇ ਆਖਿਆ ਕਿ ਤੂੰ ਸਾਰਿਆਂ ਨੂੰ ਫੋਨ ਕਰਕੇ ਸਾਧ ਦਿੱਤੇ, ਉਹਨੇ ਇਕੱਲੇ ਇਕੱਲੇ ਨੂੰ ਫੋਨ ਕੀਤਾ ਕਿ ਪ੍ਰਧਾਨ ਜੀ ਆ ਰਿਹਾ ਤੇ ਆਪਾਂ ਤਾਕਤ ਸ਼ੋਅ ਕਰਨੀ ਹੈ ਤੁਸੀਂ ਪਹੁੰਚੋ ਜੀ। ਉੱਥੇ ਫਿਰ ਆਪਣੇ ਪੱਖ ਦੇ ਮੈਂਬਰ ਸਾਰੇ ਇਕੱਠੇ ਕਰਕੇ ਇਹਨਾਂ ਨੇ ਤਾਕਤ ਸ਼ੋਅ ਕੀਤੀ ਬਹੁਤ ਜ਼ਿਆਦਾ। ਦੂਸਰੇ ਗਰੁੱਪ ਨੇ ਉਸੇ ਰੌਲਾ ਪਾ ਦਿੱਤਾ ਕਿ ਇਹਦਾ ਮੁੱਲੇ ਨੂੰ ਰੀਇੰਸਟੇਟ ਕੀਤਾ ਜਾ ਰਿਹਾ, ਸੁੱਚਾ ਸਿੰਘ ਲਗਾਲ ਨੂੰ ਸਿੱਖੀ ਚੋਂ ਕਾਰਜ ਕੀਤਾ ਤੇ ਇਹਨੂੰ ਸਜ਼ਾ ਕੋਈ ਨਹੀਂ, ਅਕਾਲ ਤਖ਼ਤ ਦਾ ਜਿਹੜਾ ਇਹਦੇ ਬਾਰੇ ਮੀਟਿੰਗ ਵੀ ਨਹੀਂ ਕਰਦਾ, ਇਹ ਕੀ ਹੋ ਰਿਹਾ। ਅਗਲੇ ਦਿਨ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਦੀ ਮੀਟਿੰਗ ਸੀ, ਉਹਨਾਂ ਨੇ ਉੱਥੇ ਚਿੱਠੀ ਭੇਜੀ। ਸ਼੍ਰੋਮਣੀ ਕਮੇਟੀ ਨੇ ਫਿਰ ਅਕਾਲ ਤਖ਼ਤ ਦੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਇਹਦਾ ਕੇਸ ਛੇਤੀ ਵਿਚਾਰਿਆ ਜਾਵੇ ਜੀ। ਬੇਨਤੀ ਇਸ ਕਰਕੇ ਨਹੀਂ ਕੀਤੀ ਕਿ ਕੇਸ ਮਜ਼ਬੂਤ ਹੈ, ਬੇਨਤੀ ਇਸ ਕਰਕੇ ਕੀਤੀ ਕਿ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਚ ਇੱਕ ਨਵਾਂ ਮੁੱਦਾ ਉੱਠ ਪਿਆ। ਇੱਕ ਮੈਂਬਰ ਨੇ ਆਖਿਆ ਜੀ ਮੈਂ ਤਾਂ ਚੱਡੇ ਤੋਂ ਵੀ ਪਹਿਲਾਂ ਪੁੱਛਦਾ ਕਿ ਅਕਾਲ ਤਖ਼ਤ ਦਾ ਜਥੇਦਾਰ ਗਿਆਨੀ ਗੁਰਭਜਨ ਤੋਂ ਕਿਹੜਾ ਮਾਮਲਾ ਜੀ ਨੇ ਉਹ ਚ ਬਦਨਾਮੀ ਨਹੀਂ ਕਰਾਈ ਜੀ, ਇੰਨੀ ਬੇਇੱਜ਼ਤੀ ਹੋਣ ਡਈ, ਉਹਨੂੰ ਕਦੋਂ ਤੱਕ ਰੱਖਣਾ ਆਪਾਂ ਨੂੰ ਲਾ ਨਹੀਂ ਸਕਦੇ। ਜਦੋਂ ਉਹਦਾ ਨਾਂ ਆ ਗਿਆ ਫਿਰ ਸ਼੍ਰੋਮਣੀ ਕਮੇਟੀ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਬਚਾਉਣ ਵਾਸਤੇ ਜਥੇਦਾਰ ਨੂੰ ਅਪੀਲ ਕਰਤੀ ਕਿ ਚੱਡੇ ਨੂੰ ਸੱਦ ਕੇ ਸਜ਼ਾ। ਹੁਣ ਅਕਾਲ ਤਖ਼ਤ ਦੇ ਜਥੇਦਾਰ ਕੋਲੇ ਸ਼ਿਕਾਇਤ ਗਈ ਹੈ ਕਿ ਚੱਡਾ ਪ੍ਰਧਾਨਗੀ ਤੋਂ ਲੱਥ ਚੁੱਕਾ
ਪਰ ਫਿਰ ਵੀ ਪ੍ਰਧਾਨਗੀ ਚਲਾ ਰਿਹਾ, ਚੀਫ਼ ਖਾਲਸਾ ਦੀਵਾਨ ਨੂੰ ਉਹ ਚਲਾ ਰਿਹਾ। ਉਹ ਕਹਿੰਦਾ ਪ੍ਰਧਾਨ ਅਜੇ ਮੈਂ ਆ, ਦੂਜਾ ਤੇ ਐਕਟਿੰਗ ਪ੍ਰਧਾਨ। ਅਕਾਲ ਤਖ਼ਤ ਦੇ ਜਥੇਦਾਰ ਨੇ ਉਹਨੂੰ ਹਦਾਇਤ ਭੇਜਤੀ ਹੈ ਕਿ ਜੇ 23 ਤਰੀਕ ਨੂੰ ਤੂੰ ਆ ਕੇ ਪੇਸ਼ ਹੋਣਾ, ਯਾਨੀ ਭਲ ਕੇ, ਉਹ ਤੋਂ ਪਹਿਲਾਂ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਆ, ਨਿਮਾਣਾ ਸਿੱਖ ਬਣ ਕੇ ਪੇਸ਼ ਹੋ ਜੀ। ਆ ਨਿਮਾਣਾ ਸਿੱਖ ਬਣ ਕੇ ਪੇਸ਼ ਹੋ, ਇਹਦੇ ਵਿਚੋਂ ਸਾਫ਼ ਹੀ ਦਿਸਦਾ ਕਿ ਅਕਾਲ ਤਖ਼ਤ ਦਾ ਜਥੇਦਾਰ ਭਲ ਕੇ ਉਹਨੂੰ ਛੱਡਣ ਦੇ ਮੂਡ ਚ ਜੀ। ਇਹ ਨੀ ਕਿ ਸੁੱਕਾ ਛੱਡ ਦੂਗਾ, ਉਹਨੂੰ ਆਖੂਗਾ ਜੀ 5 ਦਿਨ ਤੋਂ ਬਰਤਨ ਸਾਫ਼ ਕਰ ਜੀ, 5 ਦਿਨ ਤੋਂ ਜੋੜੇ ਸਾਫ਼ ਕਰ, 5 ਦਿਨ ਝਾੜੂ ਫੇਰ ਤੇ ਗੁਰਬਾਣੀ ਸੁਣ, ਤੇ 6ਵੇਂ ਦਿਨ ਆ ਕੇ ਤੂੰ ਇੱਥੇ ਕੜਾਹ ਪ੍ਰਸ਼ਾਦ ਦੀ ਦੇਖ ਕਰਵਾ ਦੇ। 5 ਦਿਨ ਨਾ ਆਖੂ 15 ਕਹਿ ਦੂ। ਪਰ ਇਸੇ ਤਰ੍ਹਾਂ ਦਾ ਦੋਸ਼ ਸੀਗਾ ਸੁੱਚਾ ਸੋ ਲੰਗਾਹ ਦਾ, ਉਹਨੂੰ ਸਿੱਖੀ ਚੋਂ ਖਾਰਜ ਕੀਤਾ ਸੀ। ਇਹਨੂੰ ਚੱਡੇ ਨੂੰ ਅਕਾਲ ਤਖ਼ਤ ਦੇ ਜਥੇਦਾਰ ਨੇ ਸਿੱਖੀ ਚੋਂ ਖਾਰਜ ਨਹੀਂ ਕਰਨਾ। ਜੇ ਸਿੱਖੀ ਚੋਂ ਖਾਰਜ ਕਰਨਾ ਹੁੰਦਾ ਤੇ ਆਹ ਕਹਿਣ ਦੀ ਲੋੜ ਨਹੀਂ ਸੀ ਕਿ ਨਿਮਾਣਾ ਸਿੱਖ ਬਣ ਕੇ ਆ ਜੀ। ਜਿਹੜਾ ਇਹ ਕਹਿਣਾ ਨਾ ਨਿਮਾਣਾ ਸਿੱਖ ਬਣ ਕੇ ਆ ਪੇਸ਼ ਹੋ, ਇਹ ਗੱਲ ਦੱਸਦੀ ਹੈ ਕਿ ਉਹਨੂੰ ਛੱਡਣ ਵਾਸਤੇ ਤਿਆਰੀਆਂ ਹੋ ਰਹੀਆਂ ਨੇ। ਲਿਹਾਜ਼ ਰੱਖ ਕੇ ਥੋੜੀ ਬਹੁਤ ਤਨਖਾਹ ਲਾਉਣਗੇ, ਖੇੜਾ ਉਹਦਾ ਛੱਡ ਦੇਣਗੇ ਜੀ। ਪੰਨੂ ਸਾਹਿਬ, ਸਰਹੱਦ ਦੇ ਉੱਤੇ ਕਾਫੀ ਤਣਾਅ ਹੈ ਤੇ ਹੁਣ 40,000 ਦੇ ਕਰੀਬ ਲੋਕ ਬੇਘਰ ਹੋ ਗਏ ਨੇ ਉੱਥੋਂ, ਉਹਨਾਂ ਨੂੰ ਹਿਜਰਤ ਕਰਕੇ ਇਧਰ ਨੂੰ ਆਉਣਾ ਪੈ ਗਿਆ, ਉੱਥੇ ਤਬਾਸ਼ੜ ਹੋ ਰਹੀ ਹੈ ਜੀ ਗੋਲੀਆਂ ਦੀ। ਇਸ ਬਾਰਡਰ ਦੇ ਉੱਤੇ ਕਿਹੜਾ ਦਿਨ ਹੈ ਜਦੋਂ ਇਹ ਵਾਸ਼ਰ ਨਹੀਂ, ਮੁੜ ਮੁੜ ਕੇ ਉਹ ਲੋਕ ਧਨ ਨੇ ਜਿਹੜੇ ਫਿਰ ਉੱਥੇ ਜਾ ਬਹਿੰਦੇ ਆ, ਜਾਂ ਤਾਂ ਉਹਨਾਂ ਕੋਲ ਆਸਰਾ ਕੋਈ ਨਹੀਂ ਤਾਂ ਬਹਿੰਦੇ ਆ ਜੀ। ਬਹੁਤ ਔਖਾ ਉਹਨਾਂ ਲੋਕਾਂ ਦਾ ਜਿਉਣ। ਸੁਖਨੈਰ ਜੀ, ਅੱਜ ਕੱਲ ਤਾਂ ਤਾਰਾਂ ਲੱਗੀਆਂ ਨੇ, ਤੁਸੀਂ ਉੱਥੇ ਬਾਰਡਰ ਤੱਕ ਨਹੀਂ ਜਾ ਸਕਦੇ। ਲੋਕੀ ਬਾਰਡਰ ਦਾ ਮਤਲਬ ਵਾਹਗਾ ਬਾਰਡਰ ਸਮਝਦੇ ਆ ਜੀ, ਜਿੱਥੇ ਦੋਵਾਂ ਪਾਸਿਆਂ ਦੇ ਜਵਾਨ ਪਰੇਡ ਕਰਦੇ, ਉਹ ਵਾਹਗਾ ਬਾਰਡਰ ਅਸਲੀ ਬਾਰਡਰ ਨਹੀਂ ਆ ਜੀ, ਉਹ ਬਾਰਡਰ ਦਾ ਗੇਟ ਹੈ। ਅਸਲੀ ਬਾਰਡਰ ਹੁੰਦਾ ਜਦੋਂ ਖੇਤਾਂ ਚੋਂ ਜਿੱਥੋਂ ਵੱਟ ਲੰਘਦੀ ਆ ਉੱਥੇ ਜੀ, ਉੱਥੋਂ ਤੁਸੀਂ ਜਾ ਕੇ ਵੇਖੋ ਤੇ ਨਾਲ ਨਾਲ ਦੋਵਾਂ ਤਰ੍ਹਾਂ ਦੇ ਖੇਤ ਵਗਦੇ। ਪਹਿਲਾਂ ਮੈਂ ਉਹ ਦਿਨ ਵੇਖੇ ਹੋਏ ਆ ਜੀ, 1967-68 ਦੇ ਵਿਚ, ਜਦੋਂ ਇਸ ਬਾਰਡਰ ਦੇ ਉੱਤੇ BSF ਅਜੇ ਬਣੀ ਨਹੀਂ ਸੀ ਤੇ PAP ਦਾ ਪਹਿਰਾ ਹੁੰਦਾ ਸੀ, ਪੰਜਾਬ ਆਰਮਡ ਪੁਲਿਸ ਦਾ ਜੀ। ਇਹ 65 ਦੀ ਜੰਗ ਤੋਂ ਬਾਅਦ PAP ਦੇ ਵਿਚੋਂ ਤੇ ਅੱਡ ਅੱਡ ਸੂਬੇ ਜਿਹੜੇ ਆ, ਖਾਸ ਤੌਰ ਤੇ ਜਿਹੜੇ ਸਰਹੱਦੀ ਸੂਬੇ ਆ, ਰਾਜਸਥਾਨ, ਗੁਜਰਾਤ, ਜੰਮੂ ਕਸ਼ਮੀਰ, ਇਹਨਾਂ ਦੀਆਂ ਆਰਮਡ ਪੁਲਿਸ ਜਿੰਨੀ ਆ ਉਹਦੇ ਚੋਂ ਬੰਦੇ ਲੈ ਕੇ ਤੇ BSF ਤਿਆਰ ਕੀਤੀ ਗਈ, ਬਾਰਡਰ ਸਿਕਿਉਰਿਟੀ ਫੋਰਸ ਜੀ। ਮੁੜ ਕੇ ਬਾਰਡਰਾਂ ਦਾ ਕੰਮ ਉਹਨੂੰ ਦੇਤਾ ਤੇ PAP ਉੱਥੋਂ ਛੱਡ ਕੇ ਪਿੱਛੇ ਆ ਗਏ। ਫਿਰ ਜਦੋਂ ਬਾਰਡਰਾਂ ਦਾ ਕੰਮ BSF ਕੋਲ ਸੀ, ਅਸੀਂ ਉਦੋਂ ਵੀ ਜਾ ਕੇ ਵੇਖਿਆ, ਬੱਚੇ ਹੁੰਦੇ ਸਾਂ ਅਸੀਂ ਜੀ, ਅਸੀਂ ਵੇਖਿਆ ਖੇਤਾਂ ਚ ਹਲ ਵਗਦਾ ਸੀ, ਜਿਹੜਾ ਸਾਡਾ ਬੰਦਾ ਸੀ ਉਹ ਜਦੋਂ ਹਲ ਲਈ ਜਾਂਦਾ ਉਹਦੇ ਬਲਦ ਕਦੇ ਕਦੇ ਵੱਟ ਤੋਂ ਦੂਸਰੇ ਪਾਸੇ ਪਾਕਿਸਤਾਨ ਵਾਲਿਆਂ ਦੇ ਖੇਤ ਵਿਚ ਵੀ ਹੋ ਜਾਂਦੇ, ਕਿਉਂਕਿ ਵੱਟ ਸਾਂਝੀ ਸੀ, ਬਾਰਡਰ ਦਾ ਮਤਲਬ ਕੋਈ ਤੇ ਸੜਕ ਨਹੀਂ ਹੁੰਦਾ ਜੀ। ਉਹ ਵੀ ਦਿਨ ਸੀ ਕਿ ਖੇਤਾਂ ਚ ਬਹਿ ਕੇ ਆਪਣਾ ਕੰਮ ਇਹ ਵੀ ਕਰਦੇ ਸੀ, ਉਹ ਵੀ ਕਰਦੇ ਸੀ, ਇੱਕ ਦੀ ਰੋਟੀ ਆਉਂਦੀ ਸੀ ਵੱਟ ਦੇ ਉੱਤੇ, ਇੱਕ ਦਿਨ ਫੜਾਉਂਦੇ ਪਰ ਖਾਣਾ ਤੇਰੇ ਵਾਲੀ ਆਈ ਤੇ ਮੈਂ ਖਾ ਲੂੰਗਾ ਜੀ, ਇਸ ਤਰ੍ਹਾਂ ਵੀ ਕੰਮ ਚੱਲਦਾ ਸੀ। ਹੁਣ ਉਹਨਾਂ ਬਾਰਡਰਾਂ ਦੇ ਉੱਤੇ ਸਾਡੇ ਵਾਲੇ ਪਾਸੇ ਤਾਰ ਲੱਗੀ ਹੋਈ ਹੈ, ਉਸ ਕੰਡੇਦਾਰ ਤਾਰ ਤੋਂ ਅਗਲੇ ਪਾਸੇ ਜਿਨ੍ਹਾਂ ਦੇ ਖੇਤ ਆ ਉਹਨਾਂ ਵਿਚਾਰਿਆਂ ਨੂੰ ਉੱਥੋਂ ਤੱਕ ਜਾਣ ਵਾਸਤੇ 2 ਵਾਰੀ ਤਲਾਸ਼ੀ ਦੇਣੀ ਪੈਂਦੀ ਹੈ। ਟਰੈਕਟਰਾਂ ਦੇ ਪੁਰਜੇ ਖੋਲ ਖੋਲ ਕੇ, ਟੈਂਕੀਆਂ ਖੋਲ ਖੋਲ ਕੇ ਜਾਣ ਲੱਗਿਆ ਵੀ ਵੇਖਿਆ ਜਾਂਦਾ, ਆਉਣ ਲੱਗਿਆ ਵੀ ਪੈਰਾਂ ਨੂੰ ਮੈਟਲ ਡਿਟੈਕਟਰ ਨਾਲ ਚੈੱਕ ਕਰਦੇ ਆ, ਕਿਹਦੇ ਵਿੱਚ ਤਾਂ ਨੀ ਕੁਛ ਪਿਆ। ਇਹਨਾਂ ਹਾਲਾਤ ਦੇ ਵਿੱਚ ਉਹ ਵਿਚਾਰੇ ਉੱਥੇ ਕੰਮ ਕਰਦੇ ਪਏ ਨੇ। ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਸਾਡੇ ਨਾਲ ਹੋਰ ਵੀ ਖਤਰਨਾਕ ਆ, ਉੱਥੇ ਰੋਜ਼ ਗੋਲੀ ਚੱਲਦੀ ਆ ਜੀ, ਕਦੇ ਉਹਨਾਂ ਦੇ 5 ਮਰ ਜਾਂਦੇ, ਕਦੇ 8.5 ਮਰ ਜਾਂਦੇ, ਕਦੇ ਉਹਨਾਂ ਦੇ 12, ਕਦੇ 15.5 ਮਰ ਜਾਂਦੇ ਨੇ। ਉਹਨਾਂ ਦੀ ਜਿਹੜੀ ਬਹੁਤ ਔਖੀ ਜ਼ਿੰਦਗੀ ਆ ਉਹਨੂੰ ਸੁਧਾਰਨ ਵਾਸਤੇ ਨਾ ਉਧਰਲੇ ਪਾਸਿਓਂ ਨਾ ਸਾਡੇ ਵਾਲੇ ਪਾਸਿਓਂ ਕੋਈ ਖਾਸ ਉਪਰਾਲਾ ਨਹੀਂ ਹੋ ਰਿਹਾ ਜੀ। ਇੱਕ ਹੁੰਦਾ ਇਹ ਆ ਕਿ ਨਾ ਤਾਂ ਬਹੁਤਾ ਕਿਸੇ ਦੇ ਉੱਤੇ ਉਲਾਰ ਹੋ ਕੇ ਡਿੱਗਣਾ ਚਾਹੀਦਾ ਜੀ, ਤੇ ਨਾ ਕਿਸੇ ਨੂੰ ਬਹੁਤਾ ਆਪਣੇ ਸਿਰ ਚੜ੍ਹਨ ਦੇਣਾ ਚਾਹੀਦਾ ਸਹੀ, ਤੇ ਨਾ ਇੰਨਾ ਪਾੜਾ ਹੀ ਪਾਉਣਾ ਚਾਹੀਦਾ ਕਿ ਮੁੜ ਕੇ ਬੋਲਣ ਜੋਗੇ ਵੀ ਨਾ ਰਹਿ ਜੀ। ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਪਹਿਲਾਂ ਉਹਨਾਂ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਸਹੁੰ ਚੁੱਕ ਸਮਾਗਮ ਸੱਦ ਲਿਆ, ਫੇਰ ਉਹਨਾਂ ਦੇ ਨਾਲ ਇੰਨਾ ਨੇੜ ਵਧਾਇਆ ਕਿ ਕਾਬਲ ਤੋਂ ਮੁੜਨਾ ਸੀ ਦਿੱਲੀ ਨੂੰ ਤੇ ਇੱਥੇ ਮੁੜਨ ਦੀ ਥਾਂ ਤੇ ਰਾਹ ਦੇ ਵਿੱਚ ਬਗੈਰ ਕਿਸੇ ਪ੍ਰੋਟੋਕੋਲ ਤੋਂ, ਬਗੈਰ ਕਿਸੇ ਪ੍ਰੋਗਰਾਮ ਤੋਂ, ਅਚਾਨਕ ਲਾਹੌਰ ਦੇ ਵਿੱਚ ਜਹਾਜ਼ ਉਤਾਰਿਆ ਤੇ ਜਾ ਕੇ ਉਹਦੇ ਘਰ, ਉਹਦੇ ਬੱਚਿਆਂ ਦੇ ਸਿਰ ਤੇ ਵੀ ਪਿਆਰ ਦੇ ਆਇਆ, ਸ਼ਗਨ ਵੀ ਪਾ ਆਇਆ, ਉਹਦੇ ਬੇਬੇ ਦੇ ਵੀ ਗੁੜੀਆਂ ਸਲਾਏ ਜੀ। ਬਾਅਦ ਵਿੱਚ ਕੀ ਨਿਕਲਿਆ? ਕੁਛ ਵੀ ਨੀ, ਇੱਕ ਦੂਸਰੇ ਨਾਲ ਲੜਾਈ ਪੜਾਈ ਹੁਣ ਵੀ ਚੱਲੀ ਜਾਂਦੀ ਹੈ। ਇਹ ਲੜਾਈ ਪੜਾਈ ਰੋਕਣ ਵਾਸਤੇ ਜ਼ਰੂਰੀ ਹੈ ਕਿ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਗੱਲਬਾਤ ਦੀ ਮੇਜ਼ ਤੇ ਆਉਣ। ਆਈਡੀਆ ਬੜਕਾ ਮਾਰਨੀਆਂ, ਉਹ ਕਦੇ ਅਸੀਂ ਵੇਖ ਲਾਂਗੇ, ਕਦੇ ਅਸੀਂ ਵੇਖ ਲਾਂਗੇ। ਸਾਡੇ ਹੋਮ ਮਿਨਿਸਟਰ ਨੇ ਕੱਲ ਬਿਆਨ ਦਿੱਤਾ, ਰਾਜਨਾਥ ਸਿੰਘ ਨੇ, ਕਿ ਲੋੜ ਪਈ ਤੇ ਅਸੀਂ ਤਾਂ ਪਾਕਿਸਤਾਨ ਵਾਲਿਆਂ ਦੇ ਘਰ ਚ ਜਾ ਕੇ ਉਹਨਾਂ ਨੂੰ ਕੁੱਟਾਂਗੇ।
ਜੀ ਕੁੱਟਣ ਗਏ ਉਹ ਵੀ ਏਦਾਂ ਦੇ ਦਮਕੇ ਉਧਰ ਮਾਰੀ ਜਾਂਦੇ ਨੇ। ਸਾਨੂੰ ਇੰਨਾ ਕੁ ਪਤਾ, ਇਹ ਕਹਿੰਦੇ ਅਸੀਂ ਮਾਰਤੇ, ਉਹ ਕਹਿੰਦੇ ਅਸੀਂ ਮਾਰਤੇ। ਜਿੱਦਣ ਭਾਰਤ ਦੇ ਹਾਈ ਕਮਿਸ਼ਨਰ ਨੂੰ ਜਾਂ ਡਿਪਟੀ ਹਾਈ ਕਮਿਸ਼ਨਰ ਨੂੰ ਪਾਕਿਸਤਾਨ ਵਾਲੇ ਆਪਣੇ ਵਿਦੇਸ਼ ਮਹਿਕਮੇ ਚ ਸੱਦ ਕੇ ਗੁੱਸਾ ਕੱਢਦੇ, ਉਦੋਂ ਅਸੀਂ ਫਿਰ ਸਮਝ ਜਾਂਦੇ ਹਾਂ ਕਿ ਸਾਡਿਆਂ ਨੇ ਮਾਰੇ ਹੋਣੇ। ਜਿੱਦਣ ਉਹਨਾਂ ਦੇ ਹਾਈ ਕਮਿਸ਼ਨਰ ਨੂੰ ਸਾਡੇ ਵਿਦੇਸ਼ ਮੰਤਰਾਲੇ ਚ ਸੱਦਿਆ ਜਾਂਦਾ, ਉਦੋਂ ਅਸੀਂ ਸਮਝ ਜਾਂਦੇ ਕਿ ਪਾਕਿਸਤਾਨ ਵਾਲਿਆਂ ਨੇ ਵੱਧ ਮਾਰੇ ਹੋਣੇ। ਕਿਉਂਕਿ ਜਿਹਦੇ ਵੱਧ ਮਰੇ ਹੋਣ ਉਹ ਗੁੱਸਾ ਕੱਢਣ ਵਾਸਤੇ ਉਹਨਾਂ ਦੇ ਹਾਈ ਕਮਿਸ਼ਨਰ ਨੂੰ ਸੱਦਦਾ, ਕਦੇ ਉਹ ਸਾਡੇ ਨੂੰ ਸੱਦਦੇ, ਕਦੇ ਅਸੀਂ ਉਹਨਾਂ ਦੇ ਨੂੰ ਸੱਦਦੇ ਹਾਂ। ਇਸ ਤਰ੍ਹਾਂ ਦੀ ਖਿੱਚੋ ਤਾਣ ਚ ਰੱਸਾ ਕਸ਼ੀ ਚ, ਕਦੇ 2 ਫੁੱਟ ਉਧਰ, ਕਦੇ 2 ਫੁੱਟ ਉਧਰ। ਪਰ ਇਹ ਸਿਆਸੀ ਲੜਾਈ ਦੇ ਵਿਚ ਆਮ ਲੋਕਾਂ ਦੀ ਜ਼ਿੰਦਗੀ ਉੱਥੇ ਬਹੁਤ ਔਖੀ ਹੋਈ ਪਈ ਆ ਜੀ। ਪੰਨੂ ਸਾਹਿਬ, ਇੱਕ ਬੀਤੇ ਦਿਨਾਂ ਦੀ ਖਬਰ ਹੈ, ਹਜ ਯਾਤਰਾ ਜਿਹੜੀ ਸੀ ਉਹਦੀ ਸਬਸਿਡੀ ਖਤਮ ਕਰ ਦਿੱਤੀ ਜੀ। ਉਹ ਸਬਸਿਡੀ ਜਿਹੜੀ ਸੀ, ਦੇਖੋ ਮੈਂ ਤਾਂ ਇਹ ਸਮਝਦਾ ਕਿ ਧਾਰਮਿਕ ਕੰਮਾਂ ਵਾਸਤੇ ਜਿਨ੍ਹਾਂ ਨੇ ਜਾਣਾ, ਜੇ ਪਾਪ ਬਖਸ਼ਾਉਣ ਜਾਣਾ ਤੇ ਆਪਣੇ ਪੱਲਿਓ ਖਰਚ ਕਰਕੇ ਚੱਲ ਜਾਣ ਜੀ। ਸਾਡੀ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਪਾਪ ਖੁਦ ਕੀਤੇ ਸੀ, ਮਾਫੀਆਂ ਮੰਗਣ ਵਾਸਤੇ ਲੋਕਾਂ ਨੂੰ ਕਹਿ ਤਾ ਗੱਡੀਆਂ ਤੇ ਚੜ ਕੇ ਜਾਓ ਜੀ। ਹੁਣ ਉਹ ਦਿੱਲੀ ਦੇ ਵਿਚ ਅਰਵਿੰਦ ਕੇਜਰੀਵਾਲ ਕਹਿੰਦਾ ਕਿ ਮੈਂ ਵੀ 77 ਬਜ਼ੁਰਗਾਂ ਨੂੰ ਸੈਰ ਕਰਾਉਣੀ ਆ, ਉਹ ਵੀ ਤਾਂ ਸਬਸਿਡੀ ਆ। ਜਦੋਂ ਕੁੰਭ ਦਾ ਮੇਲਾ ਲੱਗਦਾ ਜੀ, ਉਹਦੇ ਵਾਸਤੇ ਜਿਹੜੀ ਸਬਸਿਡੀ ਦਿੱਤੀ ਜਾਂਦੀ ਆ, ਹਿੰਦੂ ਧਰਮ ਦੇ ਲੋਕਾਂ ਵਾਸਤੇ ਭਾਰਤ ਸਰਕਾਰ ਉਹ ਵੀ ਸਬਸਿਡੀ ਦਿੰਦੀ ਦਿੰਦੀ ਆ ਜੀ। ਜੇ ਇੰਨੀਆਂ ਥਾਵਾਂ ਤੇ ਚੱਲਦੀ ਪਈ ਅਤੇ ਮੁਸਲਮਾਨਾਂ ਵਾਲੀ ਵੀ ਚੱਲਦੀ ਰਹਿਣ ਦਿੰਦੇ, ਇਹਨਾਂ ਨੇ ਮੁਸਲਮਾਨਾਂ ਵਾਲੀ ਸਬਸਿਡੀ ਰੋਕ ਦਿੱਤੀ ਹੈ। ਔਰ ਐਲਾਨ ਆਪ ਨੀ ਕੀਤਾ, ਸਰਕਾਰ ਦੇ ਵਿਚ ਇੱਕ ਮੁਸਲਮਾਨ ਮੰਤਰੀ ਆ ਉਹਦੇ ਤੋਂ ਕਰਾਇਆ, ਤਾਂ ਕਿ ਆਪਣੇ ਭਾਈਚਾਰੇ ਕੋਲ ਵੀ ਬੁਰਾ ਬਣੇ, ਗਲੋ ਰੱਥ ਜੂਗਾ ਆਪਣੇ ਨਾਲ ਜਾਂ ਫਿਰ ਚੁੱਪ ਕਰਕੇ ਥੱਲੇ ਲਗਾ ਰਹੂਗਾ ਜੀ। ਇੱਦਾਂ ਦਾ ਉਹ ਸਾਰਾ ਕੁਛ ਠੀਕ ਨੀ ਹੋ ਰਿਹਾ। ਸਬਸਿਡੀਆਂ ਨਿੱਜੀ ਤੌਰ ਤੇ ਮੈਂ ਸਮਝਿਆ ਕਿ ਧਰਮ ਦੇ ਖੇਤਰ ਵਿਚ ਕਿਸੇ ਨੇ ਵੀ ਕੋਈ ਸਬਸਿਡੀ ਨਹੀਂ ਦੇਣੀ ਚਾਹੀਦੀ ਜੀ। ਪਰ ਜਦੋਂ ਖਾਲਸੇ ਦਾ 300 ਸਾਲਾ ਮਨਾਇਆ ਗਿਆ ਆਨੰਦਪੁਰ ਸਾਹਿਬ ਦੇ ਵਿਚ, ਤੇ 300 ਸਾਲਾਂ ਨਾਲ ਜੋੜ ਕੇ 300 ਕਰੋੜ ਦਾ ਖਰਚਾ ਰੱਖਿਆ ਗਿਆ, 150 ਕਰੋੜ ਪੰਜਾਬ ਸਰਕਾਰ ਨੇ ਕੀਤਾ, 150 ਕਰੋੜ ਉਦੋਂ ਵਾਜਪੇਈ ਸਰਕਾਰ ਸੀ ਕੇਂਦਰ ਚ ਉਹਨਾਂ ਦਿੱਤਾ, ਪਰ ਉਸ 300 ਕਰੋੜ ਦੇ ਵਿਚੋਂ ਮੇਰਾ ਨੀ ਖਿਆਲ 100 ਕਰੋੜ ਵੀ ਲੱਗਾ, ਬਾਕੀ ਪਤਾ ਨੀ ਲੱਗਦਾ ਕਿਥੋਂ ਪੈਸਾ ਆਇਆ ਸੀ, ਕਿਧਰ ਨੂੰ ਚਲਾ ਗਿਆ, ਖੁੱਡਾ ਜੀ ਵੜ ਗਿਆ। ਅਗਲਿਆਂ ਨੇ ਰਾਹ ਚੋ ਹੀ ਜਿਸ ਤਰ੍ਹਾਂ ਵੱਡੇ ਲੋਕ ਜਿਹੜੇ ਆ ਉਹ ਆਪਣੇ ਖੇਤਾਂ ਨੂੰ ਬਾਗਾਂ ਨੂੰ ਟਿਊਬਾਂ ਲਾ ਕੇ ਨਹਿਰਾਂ ਦਾ ਪਾਣੀ ਖਿੱਚ ਲੈਂਦੇ ਆ ਤੇ ਤੇਲ ਵਾਲਿਆਂ ਤੱਕ ਪਹੁੰਚਦਾ ਨੀ, ਇੱਥੇ ਵੀ ਉਹ 300 ਕਰੋੜ ਦੇ ਵਿਚੋਂ ਟਿਊਬਾਂ ਲਾ ਕੇ ਰਾਹ ਚ ਪਾਣੀ ਕਿਲੇ ਖਿੱਚ ਗਏ, ਅਨੰਦਪੁਰ ਸਾਹਿਬ ਤੱਕ ਤਾਂ ਪਹੁੰਚਿਆ ਹੀ ਨੀ ਸੀ। ਤੇ ਇਹੋ ਜਿਹੀਆਂ ਸਬਸਿਡੀਆਂ ਦਾ ਫਾਇਦਾ ਕੀ ਆ? ਮੇਰੀ ਨਿੱਜੀ ਰਾਏ ਆ ਕਿ ਸਬਸਿਡੀਆਂ ਘਟਾਉਣੀਆਂ ਚਾਹੀਦੀਆਂ, ਇਹਨਾਂ ਸਬਸਿਡੀਆਂ ਦੇ ਨਾਲ ਫਾਇਦਾ ਕੋਈ ਨੀ ਹੋ ਰਿਹਾ, ਉਲਟਾ ਕਿਸੇ ਨਾ ਕਿਸੇ ਰੂਪ ਦੇ ਵਿਚ ਇਹ ਦੇਸ਼ ਦੇ ਖਜ਼ਾਨੇ ਉੱਤੇ ਵੀ ਬੋਝ ਪੈਂਦੀਆਂ ਨੇ ਪਾਉਂਦੀਆਂ ਨੇ ਤੇ ਆਪੋ ਵਿਚ ਸਰੀਕੇਬਾਜੀ, ਫਲਾਣੇ ਨੂੰ ਇੰਨੇ ਮਿਲ ਗਏ ਤੇ ਫਲਾਣੇ ਨੂੰ ਇੰਨੇ ਕਿਉਂ ਮਿਲੇ ਆ, ਉਹ ਸਰੀਕੇਬਾਜੀ ਵਧਾਉਂਦੀਆਂ ਘਟਾਉਣੀਆਂ ਚਾਹੀਦੀਆਂ ਜੀ। ਤੇ ਪੰਨੂ ਸਾਹਿਬ, ਹੁਣ ਕਾਂਗਰਸ ਨੇ ਜਿਹੜੀ ਸਥਾਨਕ ਸਰਕਾਰਾਂ ਦੀ ਇਲੈਕਸ਼ਨ ਸੀ ਇੱਥੇ ਜਿੱਤ ਪ੍ਰਾਪਤ ਕੀਤੀ ਸੀ, ਮੇਅਰ ਹਰੇਕ ਬੰਨ ਨੂੰ ਫਿਰਦਾ, ਕਈ ਥਾਵਾਂ ਦੇ ਉੱਤੇ ਰੌਲਾ ਰੱਪਾ ਜਿਹਾ ਚੱਲ ਰਿਹਾ ਸੀ, ਤੇ ਇੱਥੋਂ ਜਿਹੜਾ ਅੰਮ੍ਰਿਤਸਰ ਵਾਲਾ ਮਾਮਲਾ ਹੈਗਾ ਇਹਦੇ ਵਿਚ ਚਰਚਾ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਬਹੁਤੀ ਦਸ ਪੁੱਛ ਨਹੀਂ ਰਹੀ ਤੇ ਉਹ ਕਹਿੰਦੇ ਜੀ ਮੈਂ ਤਾਂ ਇਕੱਲੇ ਗੁਰੂ ਘਰ ਜਾਂ ਮੰਦਿਰ ਦੇ ਵਿਚ ਬਿਨਾਂ ਸੱਦਿਆ ਜਾਂਦਾ ਹੁਣ, ਹੋਰ ਤਾਂ ਕਿਤੇ ਜਾਂਦਾ ਨਹੀਂ। ਤੇ ਵਿਕਰਮ ਸਿੰਘ ਮਜੀਠੀਆ ਹੋਰਾਂ ਦੀ ਅੱਜ ਤਾਜ਼ੀ ਸਟੇਟਮੈਂਟ ਮੇਰੇ ਮੂਹਰੇ ਆ ਕੇ ਡਿੱਗੀ ਹੈ, ਉਹ ਕਹਿੰਦੇ ਜੀ ਨਵਜੋਤ ਸਿੰਘ ਸਿੱਧੂ ਦਾ ਹੁਣ ਵੇਲਾ ਬੀਤ ਗਿਆ, ਹੁਣ ਕਾਂਗਰਸ ਵਾਲਿਆਂ ਨੇ ਛੇਤੀ ਕਿਤੇ ਮਨਾਉਂਦੇ ਨਹੀਂ। ਫਿਰ ਮਜੀਠੀ ਨੂੰ ਇਹ ਖਿਆਲ ਰੱਖਣਾ ਚਾਹੀਦਾ, ਉਹਦੇ ਚਾਚੇ ਦਾ ਰਾਜ ਆ ਜੀ। ਜਿਹੜੇ ਚਾਚੇ ਨੇ ਟੀਵੀ ਦੀ ਲਾਈਵ ਇੰਟਰਵਿਊ ਚ ਮਜੀਠੀ ਬਾਰੇ ਬਹੁਤ ਪੁੱਠੇ ਸਿੱਧੇ ਲਫ਼ਜ਼ ਵਰਤੇ ਸੀ, ਤੇ ਜਦੋਂ ਚਾਚਾ ਮਜੀਠੇ ਚ ਗੇੜਾ ਮਾਰਨ ਗਿਆ ਪਾਰਲੀਮੈਂਟ ਚੋਣਾਂ ਚ ਜੀ, ਤੇ ਵਿਕਰਮ ਮਜੀਠੀਏ ਨੇ ਉੱਥੇ ਉਹਦੇ ਗੋਡੀਆਂ ਹੱਥ ਲਾ ਕੇ ਆਖਿਆ ਚਾਚਾ ਜੀ ਸਤਿ ਸ੍ਰੀ ਅਕਾਲ, ਤੇ ਚਾਚੇ ਨੇ ਆਖਿਆ ਜਿਉਂਦਾ ਰਹੇ, ਕਹਿੰਦਾ ਚਾਚਾ ਜੀ ਵੇਖ ਲਓ ਮੈਂ ਲਾਈਨ ਚ ਲੱਗਾ ਵੋਟ ਪਾਉਣ ਵਾਸਤੇ, ਤੇ ਚਾਚੇ ਨੇ ਆਖਿਆ ਸੀ ਤੂੰ ਇਸੇ ਲੈ ਕੇ ਖਲੋਤਾ ਰਹੇ। ਹੁਣ ਚਾਚੇ ਦੀ ਸਰਕਾਰ ਦੇ ਪੱਖ ਚ ਬੋਲਦਾ ਸਿੱਧੂ ਦੇ ਖਿਲਾਫ਼, ਸਿੱਧੂ ਨਾਲ ਸਰੀਕਾ ਦੋਵਾਂ ਦਾ ਸਾਰੇ ਭੂਮੇ ਦਾ ਪਹਿਲਾਂ ਹੀ ਹੈ, ਹੁਣ ਵੀ ਉਹਦੇ ਖਿਲਾਫ਼ ਬੋਲੀ ਜਾਂਦੇ ਆ, ਉਹ ਵੀ ਮੌਕਾ ਮਿਲੇ ਇਹਨਾਂ ਦੇ ਖਿਲਾਫ਼ ਬੋਲ ਜਾਂਦਾ। ਉਹ ਜਿਹੜਾ ਮਾਲਵੇ ਚ ਕਹਿੰਦੇ ਆ ਬਾਬਾ ਜੀ ਤੁਹਾਨੂੰ ਸਾਰਾ ਪਿੰਡ ਟਿੱਚ ਜਾਣਦਾ, ਉਹ ਕਹਿੰਦਾ ਫਿਰ ਕੀ ਆ ਮੈਂ ਵੀ ਸਾਰੇ ਪਿੰਡ ਨੂੰ ਟਿੱਚ ਹੀ ਜਾਣਦਾ, ਮੈਂ ਇਹਨਾਂ ਨੂੰ ਕਿਹੜੀ ਗਿਣਤੀ ਚ ਰੱਖਦਾ, ਜੇ ਇਹ ਉਹਨੂੰ ਜਾਣਦੇ ਆ ਤੇ ਸਿੱਧੂ ਇਹਨਾਂ ਨੂੰ ਜਾਣਦਾ। ਓਦਾਂ ਮੈਨੂੰ ਲੱਗਦਾ ਕਿ ਅੰਮ੍ਰਿਤਸਰ ਦੇ ਮਾਮਲੇ ਚ ਅਲਟੀਮੇਟਲੀ ਉਹਨੇ ਜਾ ਕੇ ਰਾਹੁਲ ਗਾਂਧੀ ਤੋਂ ਆਪਣੀ ਮੰਗ ਮਨਾ ਲੈਣੀ ਆ, ਰਾਹੁਲ ਗਾਂਧੀ ਉਹਦੀ ਗੱਲ ਸੁਣਦਾ ਜੀ। ਤੇ ਪੰਨੂ ਸਾਹਿਬ ਅੱਜ ਨਾਵਾਂ ਜੀ ਪਦਮਾਵਤੀ ਕਰੀਏ ਕਿ ਪਦਮਾਵਤ ਕਰੀਏ, ਉਹਦੇ ਉੱਤੇ ਜਿਹੜਾ ਰੌਲਾ ਪਿਆ ਉਹਦੇ ਸੰਬੰਧ ਚ ਲਿਖਿਆ ਪਦਮਾਵਤੀ ਦੇ ਪੱਖ ਵਿਚ ਲੋਕ ਭੜਕੇ, ਪਦਮਾਵਤ ਦਾ ਰੋਸ ਫਿਰ ਕਰਨ ਲੱਗੇ, ਪਹਿਲਾਂ ਉਹ ਤੋਂ ਸ਼ੁਰੂ ਹੋਇਆ ਸੀ ਫਿਰ ਵੀ ਕਰਨ ਲੱਗੇ,
ਸਾਡੀ ਰਾਣੀ ਦੀ ਸ਼ਾਨ ਖਿਲਾਫ ਕੁਝ ਵੀ ਕਹਿੰਦੇ ਅਸੀਂ ਨਾ ਕਦੀ ਵੀ ਜਰਨ ਲੱਗੇ ਜੀ। ਪੁਲਿਸ ਕਿਸੇ ਨਾ ਰਾਹ ਵਿਚ ਨਜ਼ਰ ਆਵੇ, ਆਈ ਭੀੜ ਫਿਰ ਪੱਥਰ ਨੇ ਵਰਨ ਲੱਗੇ, ਬੱਸਾਂ ਫੂਕੀਆਂ ਦਫਤਰ ਵੀ ਨਾਲ ਸਾੜੇ, ਦਫਤਰ ਅੰਦਰਲੇ ਬਾਬੂ ਨੇ ਡਰਨ ਲੱਗੇ। ਬਾਕੀ ਚਾਰ ਲਾਈਨਾਂ ਜੀ। ਕਾਬੂ ਅੰਦਰ ਹਾਲਾਤ ਸਰਕਾਰ ਕਹਿੰਦੀ, ਭੜਕੀ ਭੀੜ ਨੂੰ ਵੀ ਕਦੇ ਟੋਕਦੇ ਨਹੀਂ, ਡਬਲ ਰੋਲ ਸਰਕਾਰ ਦਾ ਲੋਕ ਆਖਣ, ਸਾੜ ਫੂਕ ਤਾਂ ਕਰਨ ਤੋਂ ਰੋਕਦੀ ਨਹੀਂ ਸਰਕਾਰ ਜਿਹੜੀ, ਉਹ ਤਾਂ ਕਹਿੰਦੀ ਕੰਟਰੋਲ ਦੇ ਵਿਚ ਹਾਲਾਤ। ਇਹਦਾ ਮਤਲਬ ਜਿਹੜੀ ਸਾੜ ਫੂਕ ਹੁੰਦੀ ਉਹ ਵੀ ਕੰਟਰੋਲ ਚ ਲੋੜ ਜੋਗੀ ਕਰਵਾਈ ਜਾ ਰਹੀ ਹੈ ਜੀ। ਸੋ ਬਹੁਤ ਮਿਹਰਬਾਨੀ ਪੰਨ ਸਾਹਿਬ, ਬਹੁਤ ਧੰਨਵਾਦ ਜੀ, ਸ਼ੁਕਰਵਾਰ ਨੂੰ ਫਿਰ ਸਾਂਝਾ ਪਾਵਾਂਗੇ। ਸੋ ਦੋਸਤੋ, ਜਤਿੰਦਰ ਪੰਨੂ ਸਾਹਿਬ ਦੇ ਨਾਲ ਗੱਲਬਾਤ ਤੁਸੀਂ ਸੁਣ ਰਹੇ ਸੀ। ਅਗਲੀ ਗੱਲਬਾਤ ਲੈ ਕੇ ਪਰਮਵੀਰ ਸਿੰਘ ਬਾਠ ਹਾਜ਼ਰ ਹੋਣਗੇ।